ਇਹ ਵੀਰੇ ਹੈਗੀ ਆ ਹੋਂਡਾ ਦੀ ਆ ਸਿਵਿਕ। ਹੋਂਡਾ ਸਿਵਿਕ, ਹਾਂਜੀ ਬਾਈ। ਇਹ ਮਾਡਲ ਕਿਹੜਾ ਹੋਊਗਾ? ਇਹ 6 ਆ ਵੀਰੇ। ਕਿਹੜਾ ਨੰਬਰ ਹੋਊਗਾ ਬਾਈ ਇਹ? ਇਹ ਵੀਰੇ 17 ਇੰਚ ਆ, ਇਹ ਰਾਡੀ ਦਾ, ਰਾਡੀ 8। ਇਹ ਕਿਸੇ ਨੇ ਪਾਇਆ ਨੀਗਾ, ਬਹੁਤ ਰੇਅਰ ਹੀ ਹੋਊਗਾ ਕਿ ਕਿਸੇ ਨੇ ਰਾਡੀ ਦਾ ਲੋਏ ਪਾਇਆ ਹੋਊਗਾ। ਇੱਕ ਦਿਨ ਇੱਦਾਂ ਖੜੀ, ਮੈਨੂੰ ਕੋਈ ਕਹਿੰਦਾ ਵੀਰੇ ਤੇਰਾ ਸ਼ੀਸ਼ਾ ਤੋੜ ਗਿਆ ਕੋਈ, ਉਹ ਮੈਂ ਕਿਹਾ ਸ਼ੀਸ਼ਾ ਨਹੀਂ ਟੁੱਟਾ ਵੀਰੇ, ਇਹ ਥੋੜੀ ਹੈ। ਸਾਰਾ ਯਕੀਨ ਬੰਦੇ ਨੂੰ ਪਤਾ ਲੱਗੂ ਕਿ ਯਾਰ ਲੈਂਬੋ ਦੇ ਨਾਲ ਮੇਲ ਖਾਂਦਾ। ਹਾਂ, ਇਹ ਐਕਚੁਅਲੀ ਇਹ ਲੈਂਬੋ ਵਾਲੇ ਆ ਬਾਈ, ਇਹ ਸ਼ੀਸ਼ੇ ਲੈਂਬੋ ਦੇ ਆ। ਸਾਰੀ ਗੱਡੀ ਦੀਆਂ ਸੀਟਾਂ ਕਢਾ ਕੇ, ਇੰਜਨ ਕਢਾ ਕੇ, ਇਹ ਸਾਰੀ ਗੱਡੀ ਪੇਂਟ ਹੋਈ ਆ ਬੇਅਰ ਬੋਡੀ ਕਰਕੇ। ਹਾਂ, ਇਹ ਸਾਰੀ ਮਿਊਗਨ ਦੀ ਕਿੱਟ ਪਈ ਵੀ ਆ। ਅੱਛਾ, ਇੱਕੋ ਕੰਪਨੀ ਦੀ? ਹਾਂਜੀ, ਇੱਕੋ ਕੰਪਨੀ। ਮੰਨ ਲਓ ਇਹ ਕਿੱਟ ਕੋਈ ਇਸ ਟਾਈਮ ਪਾਉਂਦਾ ਹੋਵੇ ਆਪਦੀ ਸਿਵਿਕ ਨੂੰ ਪਾਉਣੀ ਆ, ਹਾਂਜੀ, ਤੇ ਕਿੰਨਾ ਕੁ ਖਰਚਾ ਆਉਂਦਾ ਹੋਊਗਾ ਇਸ ਵੇਲੇ ਜੇ ਪਾਉਣੀ ਹੋਵੇ? ਇਹ ਨਹੀਂ ਦੱਸਣਾ। ਦੱਸ ਨਹੀਂ ਸਕਦੇ? ਨਹੀਂ ਦੱਸਣਾ। ਆਪਣੇ ਹੁਣ ਕਈ ਫੋਰਚੂਨਰ ਵਾਲੇ, ਮਰਸਡੀ ਵਾਲੇ ਭਰਾ ਨੇ ਕਿਤੇ ਹੀ ਜਾਣਾ ਹੁੰਦਾ, ਅਗਲਿਆਂ ਦੇ ਇਹ ਚਲਾਉਣੀ ਆ, ਤੂੰ ਉਹ ਚਲਾ, ਅਸੀਂ ਇਹ ਚਲਾਉਣੀ ਆ। ਮਤਲਬ ਕਿ ਇਹ ਇੰਨੀ ਫਲੈਕਸੀਬਲ ਕਾਰ ਆ। ਹਾਂਜੀ ਮਿੱਤਰੋ, ਸਤਿ ਸ਼੍ਰੀ ਅਕਾਲ ਜੀ ਹੈ, ਉਹ ਸੁਣੋ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਬੁਲਾਓ ਸਾਰਿਆਂ ਨੂੰ ਹੈ। ਅਤੇ ਭਾਈ ਇਹ ਸਾਡੀ ਕੁੜੀ ਆ, ਅਤੇ ਇਹ ਚੈਨਲ ਮੇਰਾ ਵੀ ਆ ਤਾਂ ਇਹਦਾ ਵੀ ਆ, ਹੈ ਅਤੇ ਪਲੱਸ ਬਾਈ ਇਹ ਤੁਹਾਡਾ ਆ। ਕਿਉਂ? ਕਿਉਂਕਿ ਬਾਈ 3 ਸਾਲ ਹੋ ਗਏ ਇਹਨਾਂ ਨੂੰ ਚਲਾਉਂਦਿਆਂ ਨੂੰ, ਜੇ ਤੁਸੀਂ ਨਾ ਹੁੰਦੇ ਬਾਈ ਅਸੀਂ ਇੱਥੇ ਨਾ ਹੁੰਦੇ, ਹੈ ਅਤੇ ਇੱਕ ਇਹ, ਇੱਕ ਤੁਸੀਂ, ਅਤੇ ਇੱਕ ਬਾਈ ਆਹ ਲੋਹਾ ਜਿਹਦੇ ਸਿਰ 'ਤੇ ਬਈ ਇਹ ਚੈਨਲ ਚੱਲਦਾ, ਅਤੇ ਸਾਡਾ ਫਰਜ਼ ਬਣਦਾ ਤੁਹਾਨੂੰ ਨਵੀਆਂ ਨਵੀਆਂ ਚੀਜ਼ਾਂ, ਸੋਹਣੀਆਂ ਸੋਹਣੀਆਂ ਚੀਜ਼ਾਂ ਦਿਖਾਈਏ ਲਿਆ ਕੇ। ਅਤੇ ਅੱਜ ਦੀ ਜਿਹੜੀ ਗੱਡੀ ਆ ਬਾਈ, ਯਾਰ ਜਦੋਂ ਵੀ ਇਹਨੂੰ ਇੰਸਟਾਗ੍ਰਾਮ 'ਤੇ ਦੇਖਦਾ ਸੀ ਨਾ, ਮੈਨੂੰ ਐਂ ਲੱਗਦਾ ਸੀ ਯਾਰ ਕਿ ਬਾਈ ਨੂੰ ਕਰੀਏ ਫੋਨ ਕਿ ਬਾਈ ਦੱਸ ਯਾਰ ਵੀਡੀਓ ਕਦੋਂ ਦੇਣੀ ਆ। ਅਤੇ ਬਾਈ ਆਪਣੇ ਨਾਲ ਬਾਈ ਗੁਰ ਭੁੱਲਰ ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰੇ, ਹੋਰ ਠੀਕ ਹੋ? ਹੋਰ ਵਧੀਆ ਯਾਰ, ਬੰਦੇ ਮਾਲਵੇ ਵਾਲੇ, ਐਂ ਲੱਗਦਾ ਕਿ ਬੰਦਾ ਚੰਡੀਗੜ੍ਹ ਰਹਿੰਦਾ, ਹੈ ਕਿ ਸ਼ੌਂਕ ਵੀ ਉਹਨਾਂ ਵਾਲੇ ਹੈਗੇ ਬਈ। ਉਧਰ ਤਾਂ ਨਹੀਂ ਇਹਦੇ ਨਾਲ ਦੀ ਗੱਡੀ ਕਿਸੇ ਕੋਲ ਹੈਗੀ? ਮੈਨੂੰ ਨਾ ਬਈ, ਆਪਣੇ ਉਧਰ ਨਹੀਂ ਹੈਗੀ ਇਦਾਂ ਦੀ ਹੈਗੀ। ਵੈਸੇ ਹੈਗੇ ਕਿਧਰੋਂ ਆਪਾਂ? ਮੈਂ ਵੀਰੇ ਫਿਰੋਜ਼ਪੁਰ ਤੋਂ ਆ। ਹਾਂ ਹਾਂਜੀ, ਆਪਣੇ ਪਿੰਡ ਪੈ ਜਾਂਦਾ ਬਾਰਡਰ ਤੋਂ 4-5 ਕਿਲੋਮੀਟਰ। ਹਾਂ ਯਾਰ, ਉਧਰ ਤਾਂ ਵੈਸੇ ਮੁੰਡਿਆਂ ਫੁੰਡਿਆਂ ਨੂੰ ਮੈਂ ਦੇਖਿਆ ਇਹੋ ਜਿਹੇ ਸ਼ੌਂਕ ਘੱਟ ਨੇ, ਫਿਰ ਇਹ ਕੀੜਾ ਕਿਧਰੋਂ ਆ ਗਿਆ ਯਾਰ? ਆਪਣੇ ਬਈ ਉਧਰ ਦੇ ਜ਼ਿਆਦਾ ਇੱਧਰ ਹੀ ਬੈਠੇ ਆ, ਚੰਡੀ ਚੁੰਡੀ ਗਾੜੀ ਰਹਿੰਦੇ ਆ ਭਰਾ ਸਾਰੇ ਆਪਣੇ। ਹਾਂਜੀ ਯਾਰ, ਆਹ ਗੱਡੀ ਵੈਸੇ ਬਈ ਕਿਹੜੀ ਆ? ਇਹ ਵੀਰੇ ਹੈਗੀ ਆ ਹੋਂਡਾ ਦੀ ਆ ਸਿਵਿਕ। ਹੋਂਡਾ ਸਿਵਿਕ, ਹਾਂਜੀ ਬਾਈ। ਇਹ ਮਾਡਲ ਕਿਹੜਾ ਹੋਊਗਾ? ਇਹ 6 ਆ ਵੀਰੇ, 2006 ਮਾਡਲ ਆ, ਹੈ। ਅਤੇ ਬਾਈ ਜਿਵੇਂ ਆਹ ਘਰ ਆ, ਬੇਸਿਕਲੀ ਆਪਾਂ ਦੇਖਦੇ ਹਾਂ ਜਿਵੇਂ ਜਪਾਨ ਦੇ ਵਿੱਚ ਆ, ਦੁਬਈ ਦੇ ਵਿੱਚ ਖਾਸ ਕਰ ਸ਼ੇਖ ਸ਼ੂਖ ਜੇ ਕਰਕੇ ਰੱਖਦੇ ਨੇ ਮੋਡੀ। ਬਾਈ ਜਪਾਨ ਨੂੰ ਹੀ ਮੰਗਾਈ ਦੀ ਆ। ਅਤੇ ਨਾਲੇ ਪਾਕਿਸਤਾਨ ਦੇ ਵਿੱਚ ਮੁੰਡਿਆਂ ਨੂੰ ਬਹੁਤ ਸ਼ੌਂਕ ਆ ਇੱਦਾਂ ਦੀ ਗੱਡੀ ਮੋਡੀਫਿਕੇਸ਼ਨ ਕਰਨ ਦਾ, ਹੈ। ਹਾਂਜੀ ਬਾਈ, ਯਾਰ ਇਹ ਤਾਂ ਖਰਚੇ ਦਾ ਘਰ ਆ। ਖਰਚਾ ਬਈ ਗੱਡੀਆਂ ਤੋਂ ਸ਼ੁਰੂ ਤੋਂ ਹੀ ਬਹੁਤ ਆ, ਗੱਡੀਆਂ ਦਾ ਆਪਾਂ ਨੂੰ ਪਿਆਰ ਆ। ਮਤਲਬ ਕਿ ਜੇ ਤੁਸੀਂ ਮੰਨੋਗੇ ਕਿ ਜਦੋਂ ਦਾ ਮੇਰੀ ਸੁਰਤ ਸੰਭਲੀ ਆ, ਨਸ਼ਾ ਪੱਤਾ ਤਾਂ ਆਪਾਂ ਕੋਈ ਨਹੀਂ ਲਾਇਆ ਜੇ ਬਣ, ਮਤਲਬ ਕਿ ਆਪਾਂ ਆਂਡਾ ਮੀਟ ਅੱਜ ਤੱਕ ਨਹੀਂ ਖਾ ਕੇ ਦੇਖਿਆ। ਮਤਲਬ ਕਿ ਨਿੱਕੇ ਹੁੰਦਿਆਂ ਖਾਧਾ, ਉਸ ਤੋਂ ਬਾਅਦ ਆਂਡਾ ਮੀਟ ਨਹੀਂ ਖਾਧਾ, ਮਤਲਬ ਕਿ ਤੀਜੀ ਤੱਕ ਖਾਧਾ ਹੋਊਗਾ। ਉਸ ਤੋਂ ਬਾਅਦ ਬਈ ਆ ਕੋਈ ਆਂਡਾ ਮੀਟ ਨਹੀਂ, ਕੋਈ ਨਸ਼ਾ, ਕੋਈ ਦਾਰੂ, ਕੋਈ ਕੁਛ ਨਹੀਂ, ਰੁਪਈਏ ਦਾ ਵੈਲ ਨਹੀਂ ਆ, ਬਸ ਸ਼ੌਂਕ ਪਾਇਆ ਸੀ ਗੱਡੀਆਂ ਦਾ।
ਹੋਰ ਕਿਹੜੀ ਕਿਹੜੀ ਗੱਡੀ ਆ ਕੋਲੇ? ਹੋਰ ਵੀਰੇ ਹੁਣ ਤਾਂ ਮਤਲਬ ਕਿ ਇਹੀ ਆ, ਬਾਕੀ ਤਾਂ ਲੈਲੀ ਦੀ ਵੇਚ ਦੀ ਆ, ਬਸ ਇਦਾਂ ਹੀ ਚੱਲੀ ਜਾਂਦਾ। ਪਹਿਲਾਂ ਮਰਸੀਡੀਜ਼ ਵਗੈਰਾ ਸੀਗੀਆਂ। ਕਿਹੜੇ ਰੱਖੇ ਕਿਹੜੀ ਕਿਹੜੀ ਦੇਤੀ ਗੱਡੀ ਹੁਣ ਤਾਈ? ਹੁਣ ਤੱਕ ਤਾਂ ਵੀਰੇ ਦੋ ਤਿੰਨ ਤਿੰਨ ਚਾਰ ਗੱਡੀਆਂ ਰੱਖੀਆਂ, ਫਿਰ ਵੇਚਤੀਆਂ। ਕੋਈ ਇੱਕ ਦੋ ਲਈਆਂ ਸੀ ਉਹ ਨਹੀਂ ਸਹੀ ਨਿਕਲੀਆਂ, ਉਹ ਫਿਰ ਨਾਲ ਦੀ ਨਾਲ ਕੋਈ ਖਰਾਬ ਕਰ, ਤੁਹਾਨੂੰ ਪਤਾ ਲੋਹਾ ਕਈ ਵਾਰੀ ਸਹੀ ਨਹੀਂ ਬਹਿੰਦਾ। ਹਾਂ, ਕਰਮ ਵਾਲਾ ਲੋਹਾ ਕਈ ਵਾਰੀ ਨਹੀਂ ਹੁੰਦਾ, ਪਰ ਇਹ ਲੋਹਾ ਕਿਵੇਂ? ਪਰ ਇਹ ਤਾਂ ਬਾਈ ਕਰਮ ਵਾਲਾ, ਇਹਨੇ ਪਛਾਣ ਬਣਾਈ ਆ ਮੇਰੀ, ਇਹਨੇ ਬਣਾਈ ਆ। ਹਾਂ ਬਾਈ, ਇਹਨੂੰ ਦੇਖ ਕੇ ਮੈਸੇਜ ਕਿੰਨੇ ਆਉਂਦੇ ਨੇ ਉਦਾਂ ਇੰਸਟਾਗ੍ਰਾਮ ਤੇ? ਮੈਸੇਜ ਤਾਂ ਬਹੁਤ ਆਉਂਦੇ ਕਿ ਬਾਈ ਕਿੱਥੋਂ ਕੇਰਲਾ ਤੋਂ ਆ ਤੁਸੀਂ, ਬਾਈ ਕਿੱਥੋਂ? ਉਹ ਮੈਂ ਕਹਿੰਦਾ ਭਰਾਵਾ ਪੰਜਾਬ ਵਾਲਾ ਬੰਦਾ ਮੈਂ। ਵੈਸੇ ਇਹ ਕਨਸੈਪਟ ਕੇਰਲਾ ਵਾਲਾ ਹੈ ਨਾ ਉਦਾਂ? ਹਾਂ, ਇਹ ਐਕਚੁਅਲੀ ਵੀਰੇ ਆਪਣਾ ਭਰਾ ਹੀ ਆ ਵੱਡਾ। ਹਾਂ, ਇਹ ਸਾਰਾ ਦਿਮਾਗ ਉਹਦਾ ਸੀ, ਮਤਲਬ ਕਿ ਮੈਨੂੰ ਸ਼ੌਂਕ ਸੀ ਥੋੜਾ ਮੋਡੀਫਿਕੇਸ਼ਨ ਉੱਚੇ ਲਈ ਵੀਲ ਪਵਾ ਲਈਏ ਪੰਜਾਬੀਆਂ, ਹਾਂ ਪੰਜਾਬੀਆਂ ਵਾਲਾ ਜਿੱਦਾਂ ਕਹਿ ਦਈਏ, ਪਰ ਇਹ ਆਪਣਾ ਭਰਾ ਵੱਡਾ ਹੋਏ, ਉਹਦਾ ਦਿਮਾਗ ਆ ਸਾਰਾ, ਦਿਮਾਗ ਥੋੜਾ ਖਰਚੇ ਵਾਲਾ। ਹਾਂ, ਦਿਮਾਗ ਤਾਂ ਵੀਰੇ ਇਕੱਲੀ ਇਕੱਲੀ ਚੀਜ਼ ਆ, ਦੇਖ ਲਓ ਸਾਰਾ ਕੁਛ। ਵੈਸੇ ਬਾਏ 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 ਡਿਫਾਲਟ ਤੈਨੂੰ ਆ ਰੰਗ ਤਾਂ ਨਹੀਂ ਆਇਆ ਹੋ ਗੱਡੀ ਨੂੰ? ਇਹ ਵੀਰੇ ਸਾਰੀ ਗੱਡੀ ਦੀਆਂ ਸੀਟਾਂ ਕਢਾ ਕੇ, ਇੰਜਨ ਕਢਾ ਕੇ, ਇਹ ਸਾਰੀ ਗੱਡੀ ਪੇਂਟ ਹੋਈ ਆ ਬੇਅਰ ਬੋਡੀ ਕਰਕੇ। ਹਾਂ, ਇਹ ਸਾਰੀ ਇੰਗਲਿਸ਼ ਪੇਂਟ ਹੋਈ ਵੀ ਆ ਬਾਈ, ਤੇ ਇਹਨੂੰ ਤਿਆਰ ਕਰਾਉਣ ਤੇ ਵੀ ਬਾਈ 7 ਤੋਂ 8 9 ਮਹੀਨੇ ਲੱਗ ਗਏ ਸੀ। 7 ਤੋਂ 9 ਮਹੀਨੇ ਲੱਗ ਗਏ? ਹਾਂ ਬਾਈ, 9 ਮਹੀਨੇ ਲੱਗ ਗਏ। ਖਰਚਾ ਬਾਈ ਕਦੇ ਦੇਖਿਆ ਕਾਪੀ ਤੇ ਲਾ ਕੇ ਹਿਸਾਬ? ਨਾ ਬਾਈ, ਖਰਚਾ ਦੱਸਣਾ ਵੀ ਨਹੀਂ ਆਪਾਂ, ਫਿਰ ਜੇ ਖਰਚਾ ਦੱਸ ਹੀ ਦਿੱਤਾ ਫਿਰ ਤਾਂ ਬਾਈ ਕਾਹਦਾ ਉਹ। ਹਾਂ, ਫਿਰ ਸ਼ੌਂਕ ਕਾਹਦਾ ਹੈ? ਹਾਂਜੀ। ਅੱਛਾ, ਵੈਸੇ ਬਾਈ ਇਹ ਤੇ ਮੇਜਰਲੀ ਆਪਾਂ ਮੋਡੀਫਿਕੇਸ਼ਨ ਦਿਖਾਉਣੀ ਹੋਵੇ ਬਾਈ ਜੀ, ਕਿਹੜੀ ਚੀਜ਼ ਕਿਵੇਂ ਲੱਗੀ, ਕਿੱਥੋਂ ਲੱਗੀ ਆ? ਹੈ ਬਾਈ, ਇਹਦੀ ਤੁਸੀਂ ਕਹਿ ਲਓ ਇਕੱਲਾ ਇੰਜਨ ਹੀ ਸਿਵਿਕ ਦਾ ਹੈ, ਇੰਜਨ ਵੀ ਸਾਰਾ ਨਵਾਂ ਹੀ ਆ, ਕਿਉਂਕਿ ਇੰਜਨ ਦੀਆਂ ਸਾਰੀਆਂ ਇਲੈਕਟ੍ਰਿਕ ਸਾਰੀਆਂ ਪਾਈਪਾਂ, ਸਾਰੇ ਪੱਖੇ, ਇੱਕ ਜਿਹੜੇ ਪੱਖੇ ਆ ਇੱਕ ਦੋ, ਸਾਰਾ ਮਤਲਬ ਕਿ ਸਾਰਾ ਕੁਛ ਨਵਾਂ ਹੀ ਆ, ਇੰਜਨ ਪੁਰਾਣਾ ਨਹੀਂ ਗਾ, ਇੰਜਨ ਕੱਢਿਆ ਉਹਦਾ ਸਾਰਾ ਕੁਛ ਨਵਾਂ ਪਾਇਆ, ਪਾਈਪਾਂ ਸਾਰੀ ਇਲੈਕਟ੍ਰਿਕ ਜਿੰਨੀਆਂ ਵਾਇਰਾਂ ਹੈ ਸਾਰਾ ਕੁਛ ਨਵਾਂ ਹੈ, ਸਪੀਕਰ ਯੇ ਵੋ ਵਿੱਚ ਐਲ ਈ ਡੀ ਲੱਗੀ ਸਾਰਾ ਕੁਛ, ਬਸ ਕਹਿਣ ਨੂੰ 6 ਮਾਡਲ। ਹਾਂ, 6 ਮਾਡਲ ਕਹਿਣ ਨੂੰ ਆ, ਉੱਦਾਂ ਦੇਖ ਲਓ ਲਾਈਟਾਂ ਸਾਰਾ ਕੁਛ ਵੀਰੇ ਨਵਾਂ ਹੀ ਪਿਆ। ਇਹ ਲਾਈਟਾਂ ਕਸਟਮ ਮੇਡ ਆ? ਇਹ ਸਾਰੀਆਂ ਵੀਰੇ ਸਾਰਾ ਬਾਹਰੋਂ ਆਈ ਵੀਆਂ, ਲਾਈਟਾਂ ਦੀ ਰੋਸ਼ਨੀ ਤੁਹਾਨੂੰ ਹੁਣ ਤਾਂ ਚਲੋ ਚਾਨਣ। ਇਹ ਵੈਸੇ ਇਹ ਦੁਬਈ ਤੋਂ ਇੰਪੋਰਟ ਕਰਾਏਗੇ ਜਪਾਨ ਤੋਂ? ਹਾਂਜੀ, ਇਹ ਟਾਇਰ ਵੀਰੇ ਦੁਬਈ ਤੋਂ ਮੰਗਾਏ ਸੀ, ਬਾਕੀ ਸਾਰੀ ਜਪਾਨ ਤੋਂ ਹੋਈ ਹੋਈ ਆ। ਕਿਹੜਾ ਨੰਬਰ ਹੋਊਗਾ ਬਾਈ ਇਹ? ਇਹ ਵੀਰੇ 17 ਇੰਚ ਆ, ਇਹ ਰਾਡੀ ਦਾ, ਰਾਡੀ 8, ਇਹ ਕਿਸੇ ਨੇ ਪਾਇਆ ਨਹੀਂਗਾ, ਬਹੁਤ ਰੇਅਰ ਹੀ ਹੋਊਗਾ ਕਿ ਕਿਸੇ ਨੇ ਰਾਡੀ ਦਾ ਲੋਏ ਪਾਇਆ ਹੋਊਗਾ। ਜਦੋਂ ਨਾ ਕੇਰਲਾ ਸਾਈਡ ਕਾਰਾਂ ਦੇਖਦਾ ਆ, ਹਾਂਜੀ, ਉਧਰ ਮੁੰਡਿਆਂ ਨੇ ਆਪਣੇ ਹੋਂਡਾ ਸਿਵਿਕ ਹੋ ਗਈ, ਸਿਟੀ ਹੋ ਗਈ, ਮੈਨੂੰ ਬਹੁਤ ਮੈਸੇਜ ਆਉਂਦੇ ਬਾਈ ਕੇਰਲਾ ਤੋਂ ਉਧਰੋਂ ਕਿ ਭਰਾ ਇੱਥੇ ਆਓ ਸਾਡੇ ਕੋਲ, ਆਓ ਆਪਾਂ ਰੈਲੀ ਕਰਦੇ ਆ ਗੱਡੀਆਂ ਦੀ, ਜੇ ਪਰ ਹੁਣ ਟਾਈਮ ਨਹੀਂ ਲੱਗਦਾ ਯਾਰ, ਹੁਣ ਇਹਦੇ ਕਰਕੇ ਬਈ ਬਹੁਤ ਪਿਆਰ ਪੈ ਗਿਆ ਲੋਕਾਂ ਨਾਲ, ਬਹੁਤ ਜ਼ਿਆਦਾ, ਬਹੁਤ ਮਤਲਬ ਕਿ ਕਿਤੇ ਵੀ ਜਾਂਦੇ ਆ ਨਾ, ਇਹਦੇ ਕਰਕੇ ਪਹਿਚਾਣ ਬਣ ਗਈ ਕਿ ਬਈ ਹਾਂ ਬਈ ਤੂੰ ਉਹੀ ਨਹੀਂ ਨੀਲੀ ਗੱਡੀ ਵਾਲਾ ਸਟੈਂਡਰਡ ਬਣਾ। ਹਾਂ ਹਾਂ ਹਾਂ, ਮਤਲਬ ਕਿ ਹੁਣ ਜਿਹੜੇ ਰੀਲਾਂ 'ਤੇ ਦੇਖਦੇ ਕਿਤੇ ਖੜੀ ਹੋਊਗੀ, ਮੈਨੂੰ ਆ ਕੇ ਕਹਿਣਗੇ ਵੀਰੇ ਮਾੜੀ ਜੀ ਸਟਾਰਟ ਕਰਕੇ ਦਿਖਾ ਦੇ ਯਾਰ, ਕਿਉਂਕਿ ਇਹਦੇ ਪਵਾਏ ਵੀ ਐਗਜ਼ੌਸਟ ਪਵਾਏ ਦੇ ਆ। ਜਿਵੇਂ ਆਪਾਂ ਨੋਰਮਲੀ ਦੇਖਦੇ ਹਾਂ ਜਿਹੜੇ ਕੇਰਲਾ ਵਾਲੇ ਨੇ ਯਾਰ, ਉਹ ਤਾਂ ਟਿਊਨਿੰਗ ਕਰਾਉਂਦੇ ਨੇ ਕਾਰ ਦੀ, ਹੈ ਸਟੇਜ 1 ਦੀ 2 ਦੀ ਟਿਊਨਿੰਗ ਭਰਾ, ਇਹਦਾ ਇਹਦੇ 'ਚ ਨਹੀਂ ਤੇਲ ਪੂਰਾ ਹੁੰਦਾ ਤੇ ਟਿਊਨ ਕਰਾ ਲਈ ਬਸ, ਫਿਰ ਇੱਕ ਭਰਾ ਬਹੁਤ ਖੱਟੇ ਆ। ਅੱਛਾ, ਹੁਣ ਕਿਸੇ ਨੂੰ ਨਾਂ ਨਹੀਂ ਹੁੰਦੀ। ਮੈਂ ਇਹ ਚੀਜ਼ ਦੇਖੀ ਬਾਈ ਜਦ ਤੁਹਾਡੇ ਨਾ ਇੰਸਟਾਗ੍ਰਾਮ 'ਤੇ, ਮੈਂ ਗੱਡੀ ਦੇਖਦਾ ਨਾਲ ਭਰਾ ਵਾਲੇ ਹੁੰਦੇ ਨੇ, ਹੈ? ਹਾਂ ਵੀਰੇ, ਮਤਲਬ ਕਿ ਮੈਂ 16 ਕੁ ਸਾਲਾਂ ਦਾ ਸੀ ਜਦੋਂ ਦਾ ਘਰੋਂ ਬਾਹਰ ਹਾਂ। ਅੱਛਾ, ਅਤੇ ਸਾਰੇ ਭਰਾ ਹੀ ਖੱਟੇ ਆ, ਵਿਗੜੀ ਤਾਂ ਮੈਨੂੰ ਲੱਗਦਾ ਕਿਸੇ ਨਾਲ ਵੀ ਨਹੀਂ ਹੋਣੀ, ਚਲੋ ਇੱਕ ਦੋ ਜੇ ਵਿਗੜੀ ਆ ਤਾਂ ਉਹਨਾਂ ਕਰਕੇ ਵਿਗੜੀ ਆ, ਮੇਰੇ ਵੱਲ ਹੋਣੀ ਕਿ ਉਹਨਾਂ ਕੋਈ ਹਰਕਤ ਕੀਤੀ ਹੋਊਗੀ ਅਤੇ ਵਿਗੜੀ ਆ, ਨਹੀਂ ਤਾਂ ਮੇਰੇ ਵੱਲੋਂ ਕਿਸੇ ਨਾਲ ਕੋਈ ਵਿਗੜੀ ਨਹੀਂ। 16 ਸਾਲ ਤੋਂ ਲੈ ਕੇ ਅੱਜ ਮੇਰੀ 23 ਸਾਲ ਦੀ ਉਮਰ ਆ ਬਾਈ, ਇੰਨੇ 7 ਸਾਲਾਂ ਦੇ ਵਿੱਚ ਭਰਾ ਹੀ ਬਣਾਏ ਆ, ਅਤੇ ਜਿਨ੍ਹਾਂ ਨਾਲ ਹੈਗੀ ਆ, ਬਾਕੀ ਵੀਰੇ ਉਹੀ ਦੱਸ ਸਕਦੇ ਕਿ ਬਈ ਕਿੱਦਾਂ ਕਿ ਗੁਰ ਕਿਵੇਂ ਦਾ ਹੈ। ਹਾਂ ਬਾਈ, ਅਤੇ ਬਾਈ ਜਿਹੜਾ ਆਹ ਬੰਪਰ ਆ ਇਹਦਾ, ਇਹ ਥੱਲੇ ਸਕਰਟਿੰਗ ਵੀ ਲੱਗੀ ਹੋਈ? ਹਾਂਜੀ ਹਾਂਜੀ, ਪਲੱਸ ਫੈਂਡਰ ਆ, ਹੈ ਨਾ? ਹਾਂਜੀ, ਇਹ ਵੀਰੇ ਸਾਰਾ ਇਹਦੇ ਵਿੱਚ ਫੈਨ ਆ। ਹਾਂਜੀ, ਫੈਨ ਕਿਵੇਂ, ਮਤਲਬ ਕਿ? ਅੱਛਾ, ਆ ਇੱਧਰੋਂ
ਏਅਰ ਕ੍ਰੋਸ ਹੁੰਦੀ ਆ। ਅੱਛਾ ਉਹ ਵਿਕੀ ਹੋਇਆ ਸੋਹਣਿਆ ਜਿਵੇਂ। ਅੱਛਾ ਏਅਰ ਕ੍ਰੋਸਿੰਗ ਇੱਥੋਂ ਹੁੰਦੀ ਆ? ਹਾਂਜੀ ਇੱਧਰੋਂ ਹੁੰਦੀ ਆ। ਜਿਹੜਾ ਬੰਦਾ ਤਾਂ ਆ ਦੇਖਦਾ, ਜੇ ਤਾਂ ਕਾਰਾਂ ਦਾ ਸ਼ਕੀਨ ਬੰਦਾ। ਹਾਂ ਇੱਕ ਦਿਨ ਇਦਾਂ ਖੜੀ, ਮੈਨੂੰ ਕੋਈ ਕਹਿੰਦਾ ਵੀਰੇ ਤੇਰਾ ਸ਼ੀਸ਼ਾ ਤੋੜ ਗਿਆ ਕੋਈ, ਉਹ ਮੈਂ ਕਿਹਾ ਸ਼ੀਸ਼ਾ ਨਹੀਂ ਟੁੱਟਾ ਵੀਰੇ, ਇਹ ਥੋੜੀ ਕਾਰਾਂ ਦਾ ਸ਼ਕੀਨ ਬੰਦੇ ਨੂੰ ਪਤਾ ਲੱਗੂ ਕਿ ਯਾਰ ਲੈਂਬੋ ਦੇ ਨਾਲ ਮੇਲ ਖਾਂਦਾ। ਹਾਂ ਇਹ ਐਕਚੁਅਲੀ ਇਹ ਲੈਂਬੋ ਵਾਲੇ ਆ ਬਾਈ, ਹੈ ਇਹ ਸ਼ੀਸ਼ੇ ਲੈਂਬੋ ਦੇ ਆ। ਇਹ ਮੰਗਾਉਣੇ ਪਏ ਹੋਏ? ਹਾਂ ਇਹ ਸਾਰਾ ਕੁਝ ਵੀਰੇ, ਕੁਝ ਵੀ ਨਹੀਂ ਇੱਥੋਂ ਦਾ, ਸਾਰਾ ਕੁਝ ਬਾਹਰੋਂ ਦਾ ਹੀ ਆ। ਨੋਰਮਲ ਕਾਰਾਂ ਦੇ ਨਾ ਬਾਲੇ ਉਹ ਭਾਰੇ ਹੁੰਦੇ ਨੇ। ਹਾਂ ਇਹ ਤਾਂ ਬਹੁਤ ਆ ਦੇਖੋ, ਬਹੁਤ 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 ਬਾਈ, ਬਹੁਤ ਵਧੀਆ ਵਾਲੇ ਤਾਂ ਵੇਟ ਹੀ ਨਹੀਂ ਜਮਾ ਬਾਈ। ਹਾਂ ਅੱਛਾ ਇਹ ਵੀ ਬਾਹਰੋਂ ਮੰਗਾਉਣਾ ਪੈ ਗਿਆ ਸਾਰੇ ਵੀਰੇ ਬਾਹਰੋਂ? ਤੇ ਬਾਈ ਮੰਗਾਉਣ ਤੇ ਜਦੋਂ ਆਪਾਂ ਨੋਰਮਲੀ ਆਪਾਂ ਦੇਖਦੇ ਹਾਂ ਵੀਰੇ, ਇਹ ਸਾਰਾ ਕੁਝ ਇੱਕੇ ਰੀ ਨਹੀਂ ਆਇਆ। ਹਾਂ ਕੱਲੀ ਕੱਲੀ ਚੀਜ਼, ਦੋ ਦੋ ਚੀਜ਼ਾਂ, ਮਤਲਬ ਕਿ ਇਹਦੇ ਨਾਲੋਂ ਮੇਰੇ ਨਾਲੋਂ ਜ਼ਿਆਦਾ ਆਪਣੇ ਵੱਡਾ ਭਰਾ ਹੀ ਆ। ਕਸਟਮ 'ਚ ਤੰਗ ਤਾਂ ਨਹੀਂ ਕਰਦੀਆਂ? ਹੈ ਕਸਟਮ ਦੇ ਵਿੱਚ ਤੰਗ ਤਾਂ ਨਹੀਂ ਹੁੰਦਾ ਬੰਦਾ? ਨਹੀਂ ਕਸਟਮ 'ਚ ਇਹ ਚੀਜ਼ਾਂ ਤੰਗ ਨਹੀਂ ਹੁੰਦੀਆਂ ਕਿਉਂਕਿ ਉਹਨਾਂ ਦਾ ਟੈਗ ਨਹੀਂ ਨਾ ਹੁੰਦਾ। ਹਾਂ ਟੈਗ ਹੋਣ ਚੀਜ਼ਾਂ ਨਾਲ ਫਿਰ ਕਸਟਮ 'ਚ ਫਸਦੀਆਂ। ਇਹ ਮੇਰੇ ਨਾਲੋਂ, ਮੈਨੂੰ ਤਾਂ ਇਹਦੇ ਬਾਰੇ 20% ਹੀ ਪਤਾ ਕਿਉਂਕਿ ਵੱਡੇ ਭਰਾ ਨੇ ਸਾਰੀ ਤਿਆਰ ਕੀਤੀ ਆ। ਹਾਂਜੀ ਬਿਲਕੁਲ। ਤੇ ਬਾਈ ਜਿਹੜੇ ਵੀਲ ਨੇ ਇਸ ਟਾਈਮ ਇਹਦਾ ਰੇਟ ਪਤਾ ਕਰਕੇ ਦੇਖੋ, ਇਹ ਬਾਈ ਉਹ ਕਿੰਨੇ ਕਿਤੇ ਨੇ ਇਹ ਹੈ? ਇਹ ਪੌਣੇ 2 ਲੱਖ ਦੇ ਪੈਂਦੇ ਆ। ਪੌਣੇ 2 ਲੱਖ ਦੇ ਜੇ ਆਪਾਂ ਇੰਪੋਰਟ ਕਰਾਉਂਦੇ ਆ? ਹਾਂਜੀ ਇੰਨੇ ਦੇ ਆਪਾਂ ਨੂੰ ਤਾਂ 1.5 ਕੁ 'ਚ ਪਏ ਆ, ਪਰ ਆਪਣੇ ਇਹ ਇੱਥੇ ਕੋਈ ਬੰਦਾ ਸੀ ਉਹ ਕਹਿੰਦਾ ਸੀ ਵੀਰੇ ਮੈਨੂੰ ਦੇ ਦਿਓ ਟਾਇਰ ਪਹਿਲੀ ਵਾਰੀ ਦੇਖਿਆ। ਹਾਂ ਚਾਓ ਇਹ ਕਿਹੜਾ ਆ? ਚਾਓ ਯੰਗ ਲਿਖਿਆ ਇਹ, ਇਹ ਕਿਹੜੀ ਕੰਪਨੀ ਦੇ ਨੇ ਇਹ? ਇਹ ਵੀਰੇ ਚਾਈਨੀਜ਼ ਟਾਇਰ ਆ। ਚਾਈਨੀਜ਼ ਟਾਇਰ ਆ? ਹਾਂਜੀ। ਇਹਦਾ ਵੈਸੇ ਫਾਇਦਾ ਕੀ ਆਪਾਂ ਨੂੰ ਜੇ ਆਪਾਂ ਇਹ ਟਾਇਰ ਇਸ ਇਹਨਾਂ ਵੀਲਾਂ ਤੇ ਚੜਦੇ ਆ? ਇਹ ਤਾਂ ਵੀਰੇ ਇਹ ਕਹਿ ਸਕਦੇ ਕਿ ਇਹ ਥੋੜੇ ਜਿਹੇ ਜਿੱਦਾਂ ਆਪਣਾ ਮੇਰੇ ਹਿਸਾਬ ਨਾਲ ਤਾਂ ਵੀਰੇ ਲਾਈਫ ਤਾਂ ਸੇਮ ਹੀ ਆ, ਕਿਉਂਕਿ ਮੈਂ ਪਹਿਲਾਂ ਦੂਜੇ ਵੀ ਪਾਉਂਦਾ ਰਿਹਾ ਓਰੀਜਨਲ ਟਾਇਰ ਵੀ ਕੰਪਨੀ ਵਾਲੇ ਜਿੱਦਾਂ CATA ਉਹ, ਹਨਾ, ਪਰ ਮੈਨੂੰ ਤਾਂ ਵੀਰੇ ਲਾਈਫ ਸੇਮ ਹੀ ਲੱਗੀ ਆ ਸਾਰਿਆਂ ਦੀ। ਹਾਂਜੀ ਬਸ ਐਂ ਥੋੜਾ ਡਿਜ਼ਾਈਨ ਪੱਖੋਂ ਆ ਸੋਹਣੇ ਲੱਗਦੇ ਡਿਜ਼ਾਈਨ ਡਿਜ਼ਾਈਨ। ਆਹਾ ਜਿਵੇਂ ਬਾਈ ਬਾਹਰੋਂ ਤਾਂ ਕੁਝ ਕਰ ਲਿਆ ਗੱਡੀ ਨੂੰ, ਹਨਾ। ਹਾਂਜੀ ਤੇ ਜਿਹੜਾ ਉਹ ਬੋਨਟ ਵੀ ਇਹਦਾ ਦੂਸਰਾ ਆ? ਇਹ ਸਾਰਾ ਕੁਝ ਵੀਰੇ, ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਇਦਾਂ ਦਾ ਵੀਰੇ ਚ ਬਹੁਤ ਕੁਝ ਆ, ਪਿੱਛੇ ਸਪੋਇਲਰ ਵਗੈਰਾ ਇਹ ਸਾਰਾ ਕੁਝ ਬਹੁਤ ਕੁਝ ਆ ਇਹਦੇ ਚ। ਸੁਣਨੇ ਆ ਲੱਗਦਾ ਨਾ ਕਿ ਗੱਡੀ ਤੇ ਪੂਰੀ ਰੀਝ ਲਾਈ ਹੋ ਹੈ। ਤੇ ਭਾਈ ਅੰਦਰ ਕਿਆ ਕਰ ਰੱਖਿਆ ਫਿਰ ਗੱਡੀ ਦੇ ਅੰਦਰ? ਵੀਰੇ ਬਸ ਸੀਟਾਂ ਸੂਟਾਂ ਕਰਾਈਆਂ ਸੀ, ਬਾਕੀ ਆ ਤੁਸੀਂ ਇਹਦਾ ਸਟੀਅਰਿੰਗ, ਹੈਂਡ ਬ੍ਰੇਕ, ਇਹਦਾ ਗੇਅਰ, ਇਹ ਸਾਰੀ ਕਿੱਟ ਹੀ ਸੀ ਆ ਚੀਜ਼ਾਂ ਦੇਖੋ। ਕੰਪਲੀਟ ਕਿੱਟ ਆ ਇਹ? ਹਾਂਜੀ ਸਾਰੀ ਪੇਂਟ ਹੋਈ ਵੀ ਅੰਦਰੋਂ। ਬਾਕੀ ਜੇ ਮੰਨ ਲਓ ਕਿਸੇ ਨੇ ਆਪਦੇ ਲੋਕਲ ਇਹ ਕੰਮ ਕਰਾਉਣਾ ਹੋਵੇ ਗੱਡੀ ਨੂੰ, ਹਾਂਜੀ ਇਹ ਕਿੱਥੋਂ ਕਰਾਏ ਆ ਫਿਰ? ਇਹ ਵੀਰੇ ਇਹ ਤਾਂ ਮੈਂ ਤਾਂ ਇੱਥੋਂ ਹੀ ਕਰਾਈ ਆ, ਲੁਧਿਆਣੇ ਹੀ। ਲੁਧਿਆਣੇ? ਹਾਂਜੀ। ਕਿਹਨਾਂ ਕੋਲੋਂ? ਇਹ ਮੇਰਾ ਵੱਡਾ ਭਰਾ ਹੀ, ਉਹਨਾਂ ਦੇ ਫਰੈਂਡ ਹੀ ਸੀਗੇ। ਅੱਛਾ। ਹਾਂਜੀ ਉਹਨਾਂ ਹੀ ਕੀਤੀ ਸੀ ਪੇਂਟ, ਬਾਕੀ ਦਿਮਾਗ ਹੀ ਆਪਣਾ ਆਪਦਾ ਹੀ ਹੈ, ਦਿਮਾਗ ਕਿਸੇ ਹੋਰ ਦਾ ਨਹੀਂ। ਅੱਛਾ ਆਈਡੀਆਜ਼ ਜਿਹੜੇ ਸ਼ੇਅਰ ਕਰੇ ਨੇ ਉਹਨਾਂ ਨੂੰ ਹੈ? ਹਾਂ ਦਿਮਾਗ ਆਪਣਾ ਖੁਦ ਦਾ ਹੀ ਆ। ਅੱਛਾ ਆਪਕੇ ਅੰਦਰੋਂ ਵੀ ਆਹ ਡਬਲ ਡੂਅਲ ਟੋਨ ਰੱਖਣਾ ਇਹਨੂੰ? ਤੇ ਜਿਹੜੀਆਂ ਸੀਟਾਂ ਨੇ ਬਾਈ, ਮੇਰਾ ਤਾਂ ਕੰਪਨੀ ਤੋਂ ਹੀ ਆਹ ਲੈਦਰ ਚੀਜ਼ਾਂ? ਨਹੀਂ 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 ਵੀਰੇ ਸਾਰੀ ਤਿਆਰ ਹੋਈ ਵੀ ਆ। ਨਹੀਂ ਸੀਟਾਂ ਇਹਦੀਆਂ ਆਪਦੀਆਂ ਵੈਸੇ? ਸੀਟਾਂ ਇਹਦੀਆਂ ਇਹੀ ਆ, ਪਰ ਇਹ ਉੱਪਰ ਸਾਰਾ ਲੈਦਰ ਲੂਦਰ ਕਵਰ ਕੀਤਾ ਹੋਇਆ ਹੈ। ਅੱਛਾ ਇਹ ਆਪ ਕਰਾਇਆ ਵੀ ਲੁਧਿਆਣੇ ਹੋ? ਹਾਂਜੀ ਹਾਂਜੀ। ਤੇ ਜਿਹੜਾ ਬਾਈ ਗੇਅਰ ਨੋਬ ਆ ਇਹ ਵੀ ਚੇਂਜ ਆ ਵੀਰੇ? ਹਾਂਜੀ ਇਹ ਐਕਚੁਅਲੀ ਇਹ ਕੰਪਨੀ ਆ ਮਿਊਗਨ, ਇਹ ਸਾਰੀ ਮਿਊਗਨ ਦੀ ਕਿੱਟ ਪਈ ਵੀ ਆ। ਅੱਛਾ ਇੱਕੋ ਕੰਪਨੀ ਦੀ? ਹਾਂਜੀ ਇੱਕੋ ਕੰਪਨੀ ਦੀ। ਜੇ ਮੰਨ ਲਓ ਇਹ ਕਿੱਟ ਕੋਈ ਇਸ ਟਾਈਮ ਪਾਉਂਦਾ ਹੋਵੇ ਆਪਦੀ ਸਿਵਿਕ ਨੂੰ ਪਾਉਣੀ ਆ, ਹਾਂਜੀ, ਤੇ ਕਿੰਨਾ ਕੁ ਖਰਚਾ ਆਉਂਦਾ ਹੋਊਗਾ ਇਸ ਵੇਲੇ ਜੇ ਪਾਉਣੀ ਹੋਵੇ? ਇਹ ਨਹੀਂ ਦੱਸਣਾ। ਦੱਸ ਨਹੀਂ ਸਕਦੇ? ਨਹੀਂ ਦੱਸਣਾ ਬਾਈ। ਅੱਛਾ ਐ ਨਾ ਕਹੇ ਕਿ ਅਲਾ ਹਵਾ ਕਰਦਾ ਹੈ। ਇਹ ਨਹੀਂ ਭਰਾ ਮਿਹਨਤ ਨਾ ਆਪਣਾ, ਹੁਣ ਮੇਰੇ ਬਾਰੇ ਚਲੋ ਜਿਹੜਾ ਬੰਦਾ ਕਿਸੇ ਨਾਲ ਗੱਲ ਕਰਦਾ ਪਤਾ, ਹੁਣ ਕੀ ਆ ਮੇਰਾ ਵੀਰੇ ਸਰਕਲ, ਹੁਣ ਅਸੀਂ ਕੀ ਆ 10-12 ਭਰਾ, 5 ਤੋਂ 7 ਇਹਦਾ ਇਕੱਠੀ ਹੋਈਦਾ, ਤੇ ਤੁਹਾਨੂੰ ਪਤਾ ਜਦੋਂ 5 ਤੋਂ 7 ਬੰਦੇ ਮਿਲੇ ਤਾਂ ਵੀਰੇ 5-7 ਕਾਰਾਂ ਹੋ ਹੀ ਜਾਂਦੀਆਂ। ਹੁਣ ਆਪਣਾ ਕੀ ਵੀਰੇ ਸੋਸ਼ਲ ਮੀਡੀਆ ਚਲਾਉਂਦੇ ਆਪਾਂ ਸਟੋਰੀ ਪਾ ਦਿੰਦੇ, ਹੁਣ ਕਿਸੇ ਦਾ ਮੈਨੂੰ ਮੈਸੇਜ ਆਉਂਦਾ ਭੈਣ ਚੋ ਬਗਾਨੀਆਂ ਕਾਰਾਂ ਲੈ ਕੇ ਆਹ ਕਰਦਾ, ਉਹ ਮੈਂ ਕਹਿੰਦਾ ਕਿ ਭਰਾ ਜੇ ਬਗਾਨੀ, ਮੈਂ ਕਿਹਾ ਯਾਰ ਬਗਾਨੀਆਂ ਕਾਰਾਂ ਹੈ ਜੇ, ਮੈਂ ਕਿਹਾ ਭਰਾ ਤਾਂ ਮੇਰੀ ਨੇ ਉਹ, ਮੈਂ ਕਿਹਾ ਜੇ ਸਾਡੇ 'ਚ ਕੋਈ ਫਰਕ ਨਹੀਂ, ਮੈਂ ਕਿਹਾ ਤੁਸੀਂ, ਮੈਂ ਕਿਹਾ ਜਜਮੈਂਟ ਲਾਉਂਦੇ ਹੋ, ਗੱਲਾਂ ਥੋੜੀਆਂ ਕਰਦਾ ਵੀਰਾ, ਗੱਲਾਂ ਮਤਲਬ ਕਿ ਇੱਦਾਂ ਦੇ ਜੇ
ਯਾਰ ਆਪਾਂ ਤਾਂ ਉਹੀ ਸਭਾਇਕੀ ਗੱਲਾਂ ਕਰਦੇ ਹਾਂ ਜੋ ਚੱਲਦੀਆਂ ਕਿ ਮਤਲਬ ਕਿ ਆਪਾਂ ਕਿਸੇ ਨੂੰ ਆਪਣੇ ਬਾਰੇ ਪਤਾ ਨਹੀਂ ਗਾ ਪਰ ਆਪਾਂ ਨੂੰ ਜੱਜ ਕਰਦੇ ਆ ਕਮੈਂਟਾਂ ਦੇ ਬਈ ਗੱਲ ਹੈ ਕਿ ਨਾ ਅਸੀਂ ਹੱਥ ਫੜ ਸਕਦੇ ਨਾ ਮੈਨੂੰ ਮੇਰੀ ਆਦਤ ਆ ਮੈਂ ਕਦੇ ਵੀ ਕਿਸੇ ਨੂੰ ਜੇ ਕੋਈ ਮੈਨੂੰ ਮਾੜਾ ਕਮੈਂਟ ਕਰਦਾ ਨਾ ਮੈਂ ਕਿਸੇ ਨੂੰ ਕਦੇ ਮਾੜਾ ਨਹੀਂ ਕਹਿੰਦਾ ਮੈਂ ਕਿਹਾ ਭਰਾ ਜੇ ਤੂੰ ਕਮੈਂਟ ਕੀਤਾ ਤੂੰ ਖੁਸ਼ ਰਹਿ ਮੈਂ ਕਿਹਾ ਲੱਭ ਤੇਰੀ ਲੰਮੀ ਉਮਰ ਕਰੇ ਤੇਰਾ ਪਰਿਵਾਰ ਸੁਖੀ ਰਹੇ ਤੂੰ ਮੈਨੂੰ ਮਾੜਾ ਕਿਹਾ ਜੱਜ ਕਰਦੇ ਨੇ ਉਦੋਂ ਜੱਜ ਕੋਈ ਤੁਹਾਨੂੰ ਪਤਾ ਬਈ ਇੱਥੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਛੱਡਿਆ ਕਿਸੇ ਨੇ ਤੇ ਬਾਕੀ ਬਾਕੀ ਆਪਾਂ ਤਾਂ ਵੀਰੇ ਕੱਖਾਂ ਆਪਾਂ ਤਾਂ ਕੁਛ ਵੀ ਨਹੀਂ ਇਹ ਤਾਂ ਬਈ ਵੈਸੇ ਗੱਡੀ ਦੇ ਆਪਾਂ ਇੰਜਣ ਦੀ ਗੱਲ ਕਰਦੇ ਉਹਨੂੰ ਮੋਡੀਫਾਈ ਨਹੀਂ ਵੀ ਕਰਿਆ ਹੈ ਨਾ ਵੈਸੇ ਕੁਆਲਿਟੀ ਡਰਾਈਵ ਕੁਆਲਿਟੀ ਗੱਡੀ ਦੀ ਕਿਵੇਂ ਇਹਦੀ ਐਸੇ ਐਵੇਂ ਵੀਰੇ ਮਤਲਬ ਕਿ ਆਪਣੇ ਹੁਣ ਕਈ ਫੋਰਚੂਨਰ ਵਾਲੇ ਮਰਸਡੀਆਂ ਵਾਲੇ ਭਰਾ ਨੇ ਕਿਤੇ ਅਸੀਂ ਜਾਣਾ ਹੁੰਦਾ ਅਗਲਿਆਂ ਦੇ ਇਹ ਚਲਾਉਣੀ ਆ ਤੂੰ ਉਹ ਚਲਾ ਅਸੀਂ ਇਹ ਚਲਾਉਣੀ ਆ ਮਤਲਬ ਕਿ ਇਹ ਇੰਨੀ ਫਲੈਕਸੀਬਲ ਕਾਰ ਆ ਕੰਫਰਟੇਬਲ ਵੀ ਇੰਨੀ ਕੰਫਰਟੇਬਲ ਇੰਨੀ ਫਲੈਕਸੀਬਲ ਤੁਸੀਂ ਚਲਾ ਕੇ ਦੇਖ ਲਓ ਭਰਾ ਫਿਰ ਤੁਸੀਂ ਮੈਨੂੰ ਦੱਸਿਓ ਕੀ ਫਰਕ ਆ ਇਹਦੇ 'ਚ ਟੋਪ ਸਪੀਡ ਚੈੱਕ ਕਰ ਲਈ ਟੋਪ ਸਪੀਡ ਵੀਰੇ ਮੈਂ ਤਾਂ ਮੈਨੂੰ ਝੂਠ ਕਿਉਂਕਿ ਨੀਵੀਂ ਬਹੁਤ ਆ 140-140 ਤੱਕ ਲਾਈ ਆ ਪਿੰਡਾਂ 'ਚ ਜਾਣਾ ਔਖਾ ਪਿੰਡ 'ਚ ਜਾਂਦੀ ਨਹੀਂ ਵੀਰੇ ਉਹ ਦੇਖ ਲਓ ਅੱਗੋਂ ਬੰਪਰ ਛਿੱਲਿਆ ਅੱਜ ਹੀ ਲੱਗਿਆ ਅੱਜ ਹੀ ਛਿੱਲਿਆ ਹੁਣ ਤੋਂ ਪਹਿਲਾਂ ਹਾਂ ਫਿਰ ਵੀ ਕਿੰਨੀ ਜਾਂਦੀ ਹੋਊ ਟੋਪ ਸਪੀਡ ਚੈੱਕ ਕਰਕੇ ਦੇਖੀ ਹੋਵੇ ਜੇ ਵੱਡੇ ਰੋਡ 'ਤੇ ਕਿਤੇ ਵੀਰੇ ਮੇਰੇ ਹਿਸਾਬ ਨਾਲ 160-160 'ਤੇ 70 'ਤੇ ਤਾਂ ਜਾਂਦੀ ਹੋਊਗੀ 160-165 'ਤੇ ਮੈਂ ਤਾਂ 140 'ਤੇ ਲਾਈ ਇਹ ਦੂਤੇ ਨਹੀਂ ਕੀਤੀ ਹਾਂਜੀ ਇੰਨੀ ਟੋਪ ਸਪੀਡ ਆਪਾਂ ਚੈੱਕ ਕਰੀਏ ਉਦੂਗਾ ਜਾਂਦੀ ਹੋ ਸਕਦੀ ਹੈ ਵੀਰੇ ਜਾਂਦੀ ਆ ਜਾਣ ਦਾ ਕੋਈ ਨਹੀਂ ਇੱਕ ਤਾਂ ਤੇਲ ਲੁਰਾਟ ਪਵਾ ਦਿੰਦੀ ਆ ਅੱਛਾ ਤੇ ਇੱਕ ਉਸ ਤੋਂ ਬਾਅਦ ਥੋੜ੍ਹਾ ਆਪ ਨੂੰ ਵੀ ਹੋ ਜਾਂਦਾ ਹਾਂਜੀ ਕਿਉਂਕਿ ਇਹਦੇ ਨਾ ਟਾਇਰਾਂ ਦੇ ਵਿੱਚ ਸਪੇਸਰ ਪਏ ਆ ਹਾਂ ਤੇ ਉਹ ਫਿਰ ਥੋੜ੍ਹੀ ਬਬਲਿੰਗ ਵੀ ਕਰੂਗੀ ਨਾ ਉਹ ਹੈ ਕੁੜੇ ਇਹਨੂੰ ਵੀ ਵੀਡੀਓ 'ਚ ਲੈਣਾ ਹੈ ਹਾਂ ਯਾਰ ਇਹ ਤਾਂ ਚੀਜ਼ਾਂ ਯਾਰ ਇਹ ਤਾਂ ਚੱਲ ਇਹ ਵੀ ਉਹ ਫੀਚਰ ਹੋ ਗਿਆ ਕਿ ਹੁਣ ਵਿੱਚ ਇਹਦੇ ਹੈ ਵੈਸੇ ਆਪਾਂ ਜਦੋਂ ਆਪਾਂ ਇਹਨੂੰ ਉਹ ਕਨੈਕਟ ਕਰਾਉਂਦੇ ਹਾਂ ਜਦੋਂ ਸਪੇਸਰ ਪਾ ਲਏ ਜਿਵੇਂ ਨੋਰਮਲੀ ਪਹਿਲੀਆਂ ਕਾਰਾਂ 'ਤੇ ਤਾਂ ਇਲੈਕਟ੍ਰਿਕ ਸਟੀਅਰਿੰਗ ਤਾਂ ਨਹੀਂ ਆਉਂਦੇ ਸੀਗੇ ਬਬਲਿੰਗ ਆਉਂਦੀ ਆ ਇਹਦੇ 'ਚ ਹਾਂ ਇਹਦੇ 'ਚ ਬਬਲਿੰਗ ਤਾਂ ਆਉਂਦੀ ਆ ਪਰ 120 ਵੂ ਤੇ ਆਉਂਦੀ ਆ ਜਿੱਦਾਂ ਆਪਾਂ ਨੋਰਮਲ ਇੱਦਾਂ ਚਲਾਉਣੀ ਉਦਾਂ ਨਹੀਂ ਬਬਲਿੰਗ ਹਾਂ ਤੇ ਮੇਰੇ ਹਿਸਾਬ ਨਾਲ ਜਦੋਂ ਦੀ ਮੈਂ ਲਈ ਆ ਮੈਂ ਇੱਕ ਵਾਰੀ 140 ਤੇ ਲਾਈ ਆ ਨਹੀਂ ਤਾਂ ਬਈ 90-95 ਦੇ ਉੱਤੇ ਕਦੇ ਨਹੀਂ ਕੀਤੀ ਜੱਟਾ ਗੱਡੀ ਟਿੰਟ ਕਰ ਰੱਖੀ ਆ ਹਾਂ ਮਾੜੀ ਅੱਛਾ ਜਿਵੇਂ ਚੰਡੀਗੜ੍ਹ ਜਾਂਦੇ ਹੋ ਲੈ ਕੇ ਚੰਡੀਗੜ੍ਹ ਜਾਈਦਾ ਬਾਈ ਹਾਂਜੀ ਇੱਦਾਂ ਕੋਈ ਚੱਕਰ ਤਾਂ ਨਹੀਂ ਟਿੰਟ ਕਰਨ ਦਾ ਭੇਤੀ ਹੋ ਗਏ ਚੰਡੀਗੜ੍ਹ ਦੇ ਜਿਹੜੇ ਨਵੇਂ ਆਉਂਦੇ ਆ ਉਹਨਾਂ ਨੂੰ ਥੋੜ੍ਹਾ ਹੁੰਦਾ ਆਪਾਂ ਤਾਂ ਭੇਤੀ ਹੋ ਗਏ ਮਿੰਨਤ ਕਰ ਲਈ ਦੀ ਕੀ ਬਾਈ ਇਹਦਾ ਗੱਡੀ ਇੰਨੀ ਸੋਹਣੀ ਤਿਆਰ ਕਰ ਰੱਖੀ ਆ ਲੰਘਦੇ ਵੜਦੇ ਕੋਈ ਕਹਿੰਦਾ ਯਾਰ ਗੱਡੀ ਦੇਣੀ ਬਾਈ ਬਾਈ ਬਹੁਤ ਬਹੁਤ ਮੈਂ ਕਹਿੰਦਾ ਜਿਸ ਦਿਨ ਮੈਂ ਤਿਆਰ ਕਰਾ ਕੇ ਕੱਢੀ ਸੀ ਨਾ ਤੇ ਮੈਂ ਇੱਥੋਂ ਚਲੋ ਮੈਂ ਗਿਆ ਫਿਰੋਜ਼ਪੁਰ ਅੱਛਾ ਮੈਨੂੰ ਮੋਗੇ ਕੰਨੀ ਖਿਲਾਰ ਲਿਆ ਮੈਨੂੰ ਪੁੱਛਣ ਲੱਗ ਗਏ ਕਿ ਬਾਈ ਬਾਹਰੋਂ ਮੰਗਾਈ ਇਹ ਮੈਂ ਫਿਰ ਪੁੱਛਣ ਲੱਗ ਜਾਂਦੇ ਕਿੰਨੇ ਤੁਹਾਨੂੰ ਪਤਾ ਆਪਣੇ ਪੰਜਾਬੀਆਂ ਦੀ ਆਦਤ ਆ ਥੋੜ੍ਹੀ ਕਿੰਨੇ ਦੀ ਪਈ ਕਿੰਨੇ ਦੀ ਪਈ ਉਹ ਮੈਂ ਕਹਿੰਦਾ ਨਾ ਬਸ ਬਈ ਪਤਾ ਹੀ ਨਹੀਂ ਕਿੰਨੇ ਦੀ ਪਈ ਆ ਬਸ ਠੀਕ ਆ ਬਈ ਸ਼ੌਂਕ ਪਿੱਛੇ ਆਉਣੇ ਆ ਤੇ ਹਾਂ ਇਹ ਸਾਰੀ ਆਹ ਸਮਰੇ ਦੇਖ ਕਿੰਨਾ ਸੋਹਣਾ ਹੈ ਸਪੋਇਲਰ ਲਾ ਰੱਖਿਆ ਬਈ ਨੇ ਆਹ ਤੇ ਇਹ ਬਈ ਆਪਣੇ ਲੋਕਲ ਤਾਂ ਨਹੀਂ ਮਿਲਦੇ ਨਾ ਇਹ ਚੀਜ਼ਾਂ ਇੱਥੋਂ ਨਹੀਂ ਮਿਲਦੀਆਂ ਬਈ ਇਹ ਉਦਾਂ ਹਾਂ ਠੀਕ ਆ ਨੋਨ ਬ੍ਰਾਂਡਡ ਮਿਲ ਜਾਣਗੀਆਂ ਪਰ ਮਿਊਗਨ ਦੀਆਂ ਓਰੀਜਨਲ ਨਹੀਂ ਮਿਲਣਗੀਆਂ ਇਹਦੀਆਂ ਲਾਈਟਾਂ ਲੂਟਾਂ ਵੀਰੇ ਸਾਰਾ ਕੁਝ ਕੱਲੀ ਕੱਲੀ ਚੀਜ਼ ਇਦਾਂ ਤਾਂ ਹੁਣ ਮੈਂ ਕੀ ਦੱਸਾਂ ਮੈਂ ਗੱਡੀ ਤੱਕ ਜਿੰਨੀ ਗਰੀ ਚ ਲਾ ਸਕਦੀ ਆਪਣੇ ਵੱਲੋਂ ਲਾ ਲਈ ਆਪਾਂ ਲਾਈ ਆ ਵੀਰੇ ਆ ਲਾਈਟਾਂ ਵੀ ਕਸਟਮ ਮੇਡ ਨੇ ਹਾਂਜੀ ਸਾਰੀ ਏ ਟੂ ਜ਼ੈਡ ਦੀ ਗੱਡੀ ਕਸਟਮ ਆ ਬਾਈ ਇਹ ਚ ਕੱਲਾ ਇੰਜਨ ਵੀ ਇੰਜਨ ਦਾ ਵੀ ਇੰਜਨ ਹੀ ਕਸਟਮ ਆ ਹੋਰ ਕੁਝ ਨਹੀਂ ਬਾਈ ਜਿਵੇਂ ਬਾਈ ਐਗਜ਼ੌਸਟ ਤਾਂ ਪਿੱਛੇ ਦੋ ਲੱਗੇ ਨੇ ਹਾਂ ਫਿਰ ਆਪਾਂ ਪਾਈਪ ਚੇਂਜ ਕਰਾਤੀ ਉਹਦੀ ਪਾਈਪ ਕਨੈਕਟ ਕੀਤੀ ਹੋਈ ਆ ਬਈ ਕਨੈਕਟ ਕੀਤੀ ਹੋਈ ਹਾਂਜੀ ਇਹ ਦੋਨੋਂ ਵਰਕ ਕਰਦੇ ਆ ਹਾਂਜੀ ਵੈਸੇ ਬਾਈ ਐ ਤਾਂ ਨਹੀਂ ਲੱਗਦਾ ਯਾਰ ਇਹਦਾ ਜੇ ਬਾਈ ਚਾਂਸ ਇਹਨੂੰ ਕਿਤੇ ਗੱਡੀ ਨੂੰ ਕੋਈ ਨੁਕਸਾਨ ਖਹਿ ਗਿਆ ਕੁਝ ਹੋ ਗਿਆ ਯਾਰ ਸਮਾਨ ਮਿਲ ਜੂ ਇੱਕ ਵਾਰੀ ਤੇ ਜਾਣ ਤੇ ਬਣੂਗੀ ਭਰਾ ਇੱਕ ਵਾਰੀ ਤੇ ਜਾਣ ਤੇ ਬਣੂਗੀ ਇਹ ਤਾਂ ਹੈ ਨਹੀਂ ਕਿ ਬਾਈ ਹਾਂ ਇੱਥੇ ਜਾਵਾਂਗੇ ਤੇ ਕਹਾਂਗੇ ਦੁਕਾਨ ਵਾਲੇ ਨੂੰ ਕਿ ਭਰਾ ਆਹ ਚੀਜ਼ ਪਾਈ ਇਹ ਤਾਂ ਵੀਰੇ ਇੱਕ ਵਾਰੀ ਤਾਂ ਸੌਦਾ ਪਤਾ ਕਰਨਾ ਪੈਣਾ ਬਾਹਰ ਫੋਨ ਕਰਨਾ ਪੈਣਾ ਕਿ ਭਰਾ ਆਹ ਚੀਜ਼ ਕੱਲੀ ਮਿਲ ਜੂਗੀ ਕਿਉਂਕਿ ਇੱਕ ਸਾਲ ਆਪਾਂ ਜਦੋਂ ਪੂਰੀ ਕੰਪਲੀਟ ਚੀਜ਼ ਲੈਣੀ ਆ
ਉਹ ਮਿਲ ਜਾਂਦੀ ਆ। ਇੱਕ ਤਾਂ ਇਕੱਲੀ ਚੀਜ਼ ਲੈਣੀ ਹੁੰਦੀ ਨਾ ਉਦੋਂ ਬਹੁਤ ਔਖਾ ਹੁੰਦਾ ਬਾਈ। ਇਹ ਨੀ ਕਿਸੇ ਨੇ ਕਿਹਾ ਕਿ ਆਪਣੀ ਲਗਜ਼ਰੀ ਕਾਰ ਕੋਲੇ ਖੜੀ ਕਰਕੇ ਬਾਈ ਬਟਾਲਾ। ਮੈਂ ਤੁਹਾਨੂੰ ਦੱਸਦਾ, ਮੈਂ ਚੰਡੀਗੜ੍ਹ ਜਿੱਦਾਂ ਜਾਂਦਾ ਨਾ, ਮੇਰੇ ਕੋਲ ਇੱਕ ਆਡੀ ਬੀਮਰ, ਏਦਾਂ ਦੋ ਭਰਾ ਆਏ ਮੇਰੇ ਕੋਲ, ਕਹਿੰਦੇ ਯਾਰ ਵੀਰੇ ਬਟਾਉਣੀ ਆ। ਮੈਂ ਕਿਹਾ ਭਰਾ, ਮੈਂ ਕਿਹਾ ਯਾਰ ਇਹ ਤਾਂ ਸ਼ੌਂਕੀ ਆ, ਤਾਂ ਮੈਂ ਕਿਹਾ ਉੱਦਾਂ ਤੁਸੀਂ ਚਲਾਉਣੀ ਆ। ਅੱਛਾ, ਚਲਾ ਲਓ ਚਲਾ ਲਓ, ਪਰ ਮੈਂ ਕਿਹਾ ਦੇਣ ਬਟਾਉਣ ਵਾਲਾ ਕੰਮ ਹੈ ਨਹੀਂ ਆ। ਅੱਛਾ, ਹਾਂ ਮੈਂ ਲੋਕ ਰੱਖਦੇ ਨੇ ਅੱਖ ਭਾਈ ਇਹਦੇ ਤੇ ਬਹੁਤ, ਇੱਕ ਰੰਗ ਹੀ ਦੂਸਰਾ ਨਾ ਭੜਕੀਲਾ। ਹਾਂ ਹੁਣ ਰਹਿ ਗਿਆ ਭਾਈ, ਐਂ ਤਾਂ ਨਹੀਂ ਦਿਲ ਕਰਦਾ ਯਾਰ ਇਹਨੂੰ, ਆਹ ਸਾਰਾ ਕੁਛ ਕਰ ਲਿਆ, ਹੁਣ ਅਗਲੀ ਵਾਰੀ ਕੁਛ ਇਦਾਂ ਦਾ ਕਰਾਂਗੇ ਅੱਡੇ ਤੋਂ। ਹੈ ਹਾਂ, ਬਹੁਤ ਬਹੁਤ ਕੁਛ ਹੁੰਦਾ ਬਾਈ ਇਦਾਂ ਦਾ, ਬਹੁਤ ਦਿਮਾਗ ਆਉਂਦਾ। ਹੁਣ ਕੀ ਰਹਿ ਗਿਆ? ਇੱਕ ਦੋ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਬਾਈ। ਹਾਂ ਪਰ ਉਹ ਇੱਦਾਂ ਹੀ ਰੱਬ ਮਿਹਰ ਕਰੇ, ਅਗਲੀ ਗੱਡੀ 'ਚ ਦਿਖਾਵਾਂਗੇ। ਗੱਡੀ ਕਿਹੜੀ ਆ? ਗੱਡੀ ਨਹੀਂ ਦੱਸਣੀ ਪਰ ਦਿਖਾਵਾਂਗੇ, ਹਜੇ ਤਾਂ ਮਿਹਨਤਾਂ 'ਤੇ ਲੱਗੇ ਹਾਂ ਭਰਾ, ਹਜੇ ਤੇ ਅਰਦਾਸ ਹੀ ਚੱਲਦੀ ਆ। ਜੇ ਆਹ ਗੱਡੀ ਨਾ ਹੁੰਦੀ, ਸਿਵਿਕ ਨਾ ਹੁੰਦੀ, ਇਹਦੀ ਥਾਂ 'ਤੇ ਹੋਰ ਕਿਹੜੀ ਹੁੰਦੀ? ਮੈਂ ਵੀਰੇ ਆ 4 ਕੁ ਮਹੀਨੇ ਪਹਿਲਾਂ ਹੀ ਵੇਚੀ ਆ ਮਰਸਡੀਜ਼, AMG ਸੀ ਮੇਰੇ ਕੋਲ। AMG? ਹਾਂਜੀ, ਉਹ ਵੇਚੀ ਆ, ਉਹ ਮੈਂ ਚਲਾਲੀ ਸੀ 4 ਕੁ ਸਾਲ। ਉਹਦੇ ਨਾਲ ਹੀ 2 ਕੁ ਮਰਸਡੀਆਂ ਹੋਰ ਲਈਆਂ ਸੀ, ਉਹ ਵੇਚਤੀਆਂ, ਤੇ ਬਸ ਹੁਣ ਆਏ ਆ, ਹੁਣ ਲਵਾਂਗੇ ਹੋਰ। ਅੱਛਾ, ਹਾਂਜੀ ਲੈ ਭਾਈ ਆਏ ਆ, ਹੁਣ ਜਦੋਂ ਅਗਲੀ ਗੱਡੀ ਲੈਣੀ ਆ ਲੈ ਕੇ ਬਾਈ ਬਣ ਕੇ ਪਹਿਲਾਂ ਮੈਸੇਜ ਕਰਨਾ। ਮੈਂ ਕਿਹਾ ਵੀਰੇ ਆਪਣਾ ਤਾਂ ਸੁਭਾਅ ਇੱਦਾਂ ਦਾ ਕਿ ਜੇ ਹੁਣ ਤੁਸੀਂ ਆ ਗਏ ਤੇ ਮੇਰਾ ਇਹ ਵੀ ਨੀ ਪਤਾ ਕਿ ਜਿੱਦਣ ਮੈਂ ਗੱਡੀ ਲੈਣ ਜਾਵਾਂ ਤੇ ਕਵਾਂ ਵੀਰ ਆ ਚੱਲੀਏ ਲੈ ਕੇ ਆਈਏ। ਆਪਣਾ ਤਾਂ ਸੁਭਾਅ ਹੀ ਇਦਾਂ ਦਾ ਬਈ, ਕਿ ਗੱਲ ਉਹ ਆ ਕਿ ਪਤਾ ਉਹਨੂੰ ਆਪਣੇ ਬਾਰੇ ਜਿੰਨੇ ਆਪਣੇ ਨਾਲ ਬੈਠੇ ਆ। ਹੁਣ ਵੀਰੇ ਫੋਟੋਆਂ ਤੋਂ ਵੀਡੀਓ ਤੋਂ ਜੱਜ ਲਾਈ ਜਾਓਗੇ ਕਿ ਇਹ ਆ ਏ, ਫਿਰ ਇਦਾਂ ਤਾਂ ਬਈ ਯਾਰ। ਹਾਂ ਬਈ ਗੱਲ ਪਤਾ ਹੈ, ਜਦੋਂ ਅਸੀਂ ਸੋਸ਼ਲ ਮੀਡੀਆ ਤੇ ਮਾੜਾ ਜਿਹਾ ਚੱਲਣ ਲੱਗ ਜਾਂਦੇ ਆ ਨਾ, ਹਾਂ ਤੇ ਕਮੈਂਟਾਂ ਵਾਲਾ ਸਾਡਾ ਰੋਜ਼ ਵਾਹ ਪੈਣਾ। ਬਿਲਕੁਲ ਬਈ ਬਿਲਕੁਲ, ਤੇ ਚੱਲਣਾ ਪੈਣਾ। ਬਿਲਕੁਲ ਬਿਲਕੁਲ, ਤੇ ਬਾਕੀ ਇਹ ਜੱਟੋ ਮੇਰਾ ਗੱਡੀ ਦੇਖਣ ਨੂੰ ਬਹੁਤ ਰੂ ਸੀਗਾ, ਮੈਂ ਸੁਮਨ ਨੂੰ ਦਿਖਾਈ, ਮੈਂ ਕਿਹਾ ਸੁਮਨ ਨੇ ਗੱਡੀ ਬਹੁਤ ਸੋਹਣੀ ਹੈ ਯਾਰ, ਗੱਡੀ ਦੇਖ ਕੇ ਆਉਣੀ ਆ। ਨਹੀਂ ਨਹੀਂ ਬਾਈ, ਅਸੀਂ ਤਾਂ ਬਾਈ ਨੂੰ ਕੰਟੈਕਟ ਕਰਿਆ, ਉੱਦਾਂ ਲੋਕ ਸਾਨੂੰ ਮੈਸੇਜ ਕਰਦੇ ਨੇ, ਮੈਂ ਬਾਈ ਨੂੰ ਆਪ ਫੋਨ ਕਰਾਂ, ਮੈਂ ਕਿਹਾ ਬਾਈ ਯਾਰ ਗੱਡੀ ਦੇਖਣੀ ਆ। ਨਹੀਂ ਨਹੀਂ ਭਰਾ, ਕੋਈ ਚੱਕਰ ਹੀ ਨਹੀਂ ਯਾਰ, ਤੇ ਬਾਈ ਗੱਲ ਬਾਤ ਬਸ ਬਾਬਾ ਮਿਲਾਉਂਦਾ ਰਵੇ, ਕੋਈ ਚੱਕਰ ਹੀ ਨਹੀਂ ਭਰਾ। ਤੇ ਰੋਜ਼ ਨੀ ਹੁਣ ਜਿੰਨਾ ਰੱਖੀਆਂ ਉਹ ਰੋਜ਼ ਨੀ ਚਲਾਉਂਦੇ ਉਹ ਤਾਂ ਮਹੀਨੇ ਮਸਿਆ ਗੇੜੀ ਕੱਢਦੀ। ਮੇਨਟੇਨੈਂਸ ਵੀਰੇ ਮੈਨੂੰ ਤਾਂ ਨਹੀਂ ਐਡੀ ਕੋਈ ਲੱਗੀ, ਕਿਉਂਕਿ ਮੈਂ ਜਿਵੇਂ ਪਹਿਲਾਂ ਮਰਸਡੀ ਰੱਖੀ ਸੀ ਉਹਦਾ ਤਾਂ ਬਾਈ ਜਾਂਦੀ ਆਉਂਦੀ ਤਾਂ ਐਂ ਲੱਗ ਸੈਂਡ ਜਾਗ ਗਿਆ, 50,000 ਦਾ ਗਿਫਟ ਮਿਲ ਗਿਆ, 30,000 ਦਾ ਗਿਫਟ ਮਿਲ ਗਿਆ, ਏਦਾਂ ਸੀ। ਪਰ ਹੁਣ ਉਹ ਚੀਜ਼ਾਂ ਚਲਾਈਆਂ, ਪਰ ਇਹ ਹਜੇ ਤੱਕ ਤਾਂ ਨਹੀਂ ਬਾਈ ਸਹੀ ਆ ਸਿੱਧਾ। ਹਾਂ ਸਾਊ ਆਏ ਬਾਈ, ਮੈਂ ਅੰਦਰ ਬਹਿ ਕੇ ਤਾਂ ਤੁਹਾਨੂੰ ਫੀਲ ਹੀ ਨਹੀਂ ਹੁੰਦਾ ਆਪਾਂ 2006 ਮਾਡਲ ਚੱਕਰ ਬੈਠੇ ਹਾਂ। ਬਹੁਤ ਬਾਈ ਤਾਂ, ਤੇ ਜਿਹੜੇ ਆਪਾਂ ਹੁਣ ਜਿਵੇਂ ਵੀਲ ਸਾਈਜ਼ ਆਪਣਾ ਵੱਡਾ ਹੋ ਗਿਆ ਗੱਡੀ ਦਾ ਹਨਾ, ਹਾਂਜੀ ਇਹ ਥੋੜਾ ਵੇਟ ਵੀ ਜ਼ਿਆਦਾ ਹੋਊਗਾ ਮੇਬੀ ਨਾ, ਇਦਾਂ ਇਹਦੇ ਚ ਆ ਦੇਖੀ ਕੋਈ ਨਹੀਂ। ਤੇ ਇਹਦੇ ਨਾਲ ਐ ਸਟੀਅਰਿੰਗ ਤੇ ਫੀਲ ਨਹੀਂ ਆਉਂਦਾ ਕਿ ਯਾਰ ਆਪਾਂ ਗੱਡੀ ਭਾਰੀ ਚਲਾਉਨੇ ਪਏ ਆ? ਸਟੀਅਰਿੰਗ ਮਾੜਾ ਜਿਹਾ ਮੋੜ ਕੇ ਦੇਖਿਓ, ਤੁਸੀਂ ਮੋੜ ਕੇ ਦੇਖੋ, ਮੇਰੇ ਤਾਂ ਬਾਹਲੀ ਲਾਈਟ ਆ, ਨੋਰਮਲ ਆ ਐਜ਼ ਇਟ ਇਜ਼ ਨੋਰਮਲ ਆ ਯਾਰ। ਵੀਰੇ ਲਾਈਵ ਵੀਲ ਨਾ ਲੋਕਾਂ ਨੇ ਬਦਨਾਮ ਕੀਤੇ ਆ,
ਮੇਰੀ ਪਤਾ ਨਹੀਂ ਮੇਰੀ ਸੋਚ ਬਣ ਗਈ ਆ, ਜਦੋਂ ਆਪਣਾ ਗੱਡੀ ਦਾ ਜੋ ਸਟਾਕ ਵੀ ਸਟੀਅਰਿੰਗ ਆਉਂਦਾ ਜੋ ਕੰਪਨੀ ਵੱਲੋਂ, ਮੇਰੇ ਹਿਸਾਬ ਨਾਲ ਉਹਦੇ ਤੋਂ ਬਾਅਦ ਜੇ ਆਪਾਂ ਲਾਈਵ ਵੀਲ ਪਾਉਂਦੇ ਹਾਂ ਨਾ ਤੇ ਜ਼ਿਆਦਾ ਸਮੂਥ ਹੋ ਜਾਂਦੀ ਡਰਾਈਵ ਗੱਡੀ ਦੀ। ਹਾਂ ਹੁਣ ਜਿਵੇਂ ਇਹਨੂੰ ਪਏ ਹੋਏ ਆ ਇਹ ਜ਼ਿਆਦਾ ਸਮੂਥ ਆ। ਮੈਂ ਬਾਈ ਗੱਲ ਦੱਸਾਂ ਗੱਡੀ ਤੇਰੀ ਕੰਫਰਟੇਬਲ ਇੰਨੀ ਕਿ ਚੱਲ ਯਾਰ ਬਹੁਤ ਬਹੁਤ ਬਾਈ ਤਾਂ ਬਾਈ। ਮੈਂ ਦੱਸਾਂ ਕਿ ਕਾਰ 'ਚ ਬਹਿ ਕੇ ਇੱਕ ਫੀਲ ਆਉਂਦੀ ਆ ਕਿ ਹਾਂ ਯਾਰ ਕਿਸੇ ਵਧੀਆ ਗੱਡੀ 'ਚ ਬੈਠੀ ਹੋਵਾਂ, ਕਿ ਵੱਜਦੀ ਪੁੱਜਦੀ ਬਹੁਤ ਯਾਰ ਸਟਾਕ ਹੀ ਬਹੁਤ ਛੇਤੀ ਉਹ ਪਿਕਅਪ ਫੜਦੀ ਆ ਇਹ ਬਹੁਤ ਬਾਈ। ਹਾਂ ਬਾਈ ਦੀ ਤਾਂ ਬਹੁਤ ਆ। ਹਾਂ ਇਹਨੂੰ ਵੀਰੇ ਮੈਂ ਪਿੰਡ ਤੋਂ ਚੰਡੀਗੜ੍ਹ ਗਿਆ ਸੀ, ਸਾਨੂੰ 250 ਪੈਂਦਾ ਤੇ ਉਸ ਤੋਂ ਬਾਅਦ ਮੈਂ ਉੱਥੇ ਥੋੜਾ ਟਾਈਮ ਰੁਕਿਆ, ਉਸ ਤੋਂ ਬਾਅਦ ਇੱਥੇ ਵੀ ਆਇਆ ਲੁਧਿਆਣੇ ਵੀ। ਮਤਲਬ ਕਿ ਕੋਈ ਇਹਦੇ ਵੱਲੋਂ ਕੋਈ ਜਵਾਬ ਨਹੀਂ ਗਾ, ਬਹੁਤ ਬਹੁਤ ਬਾਈ ਬਹੁਤ। ਯਾਰ ਮੇਰਾ ਜੀ ਕਰਦਾ ਆਪਾਂ ਹੁਣ ਸਿਵਕ ਸਿਵਕ ਨਾ ਦੇਖ ਲਈਏ। ਮੈਂ ਕਿਹਾ ਵੀਰੇ ਤੂੰ ਮੇਰਾ ਭਰਾ ਇਹ ਲੈ ਜਾ, ਜਿੱਦਣ ਤੇਰਾ ਜੀ ਕਰਿਆ ਮੈਨੂੰ ਦੇ ਜੀ ਰਾਜਾ ਟਾ ਕਹਿ ਤਾਂ ਨਹੀਂ ਬਹੁਤ ਆ। ਪਰ ਸੱਚੀ ਗੱਲ ਦੱਸਾਂ ਬਈ ਗੱਡੀ ਤੇਰੀ ਸਿਰਾਂ ਹੈ, ਆਪਾਂ ਘੁੰਮੀਏ ਕਿੱਥੋਂ ਅੱਗੋ ਘੁੰਮਾਉਣੇ ਕੋਈ ਨਹੀਂ। ਸਰਕਲ 'ਚ ਕਿਹੜੀਆਂ ਗੱਡੀਆਂ ਨੇ ਇਹਦੇ ਮੇਚ ਦੀਆਂ ਵੀਰੇ? ਮੈਂ ਤਾਂ ਸਹੀ ਦੱਸਾਂ ਸਰਕਲ ਮੇਰਾ ਮਰੂਤੀਆਂ ਵਾਲਾ ਵੀ ਆ। ਅੱਛਾ। ਤੇ ਸਰਕਲ ਮੇਰਾ ਡਿਫੈਂਡਰਾਂ ਵਾਲਾ ਵੀ ਆ, ਐਲਸੀਆਂ ਵਾਲਾ ਵੀ ਆ, ਪਰ ਆਪਣਾ ਲਹਿਜਾ ਸੇਮ ਹੀ ਆ ਹਰੇਕ ਨਾਲ। ਇਹ ਨਹੀਂ ਆ ਕਿ ਭਰਾ ਜੇ ਕਿਸੇ ਕੋਲ ਚੰਗੀ ਆ ਤਾਂ, ਕਿਉਂਕਿ ਆਪਾਂ ਵੀ ਕੁਛ ਨਹੀਂ ਸੀ ਕਿਸੇ ਦਿਨ ਤੇ ਕਿਸੇ ਟਾਈਮ ਬਈ। ਮੈਂ ਉਦੋਂ 19 ਸਾਲਾਂ ਦਾ ਸੀ ਜਦੋਂ ਮੇਰੇ ਕੋਲ 2 ਮਰਸਡੀਆਂ ਸੀ ਤੇ ਆਪਦੀਆਂ ਸੀ ਜਿਨ੍ਹਾਂ ਨੂੰ ਮਤਲਬ ਕਿ ਕਦੇ ਘਰਦਿਆਂ ਚਲਾ ਕੇ ਨਹੀਂ ਵੇਖਿਆ। ਅੱਛਾ। ਹਾਂ ਸ਼ਾਬਾਸ਼ੀ। ਤੇ ਯਾਰ ਜਿਵੇਂ ਆਪਾਂ ਰੋਡ ਤੇ ਚਲਾਉਂਦੇ ਆ ਥੋੜਾ ਟੋਆ ਦੇਖਣਾ ਪੈਂਦਾ ਹੈ ਨਾ ਯਾਰ? ਬਹੁਤ ਬਈ ਬਹੁਤ। ਹੁਣ ਜਿੱਦਾਂ ਆਪਾਂ 4 ਬੈਠੇ ਆ ਇਹਦਾ ਥੱਲੇ ਲੱਗਣ ਦਾ ਵੀ ਡਰ, ਗੱਡੀ ਨੀਵੀਂ ਹੋ ਗਈ ਹੈ ਨਾ। ਵਿੱਕੀ ਸਿੰਘ ਦੇਖ ਗੱਡੀ ਵੀ ਸਪੋਰਟਸ ਕਾਰ ਬਣ ਗਈ, ਕਿੱਟ ਵੀ ਲੱਗ ਗਈ ਤੇ ਮੈਂਟੇਨੈਂਸ ਵੀ ਹੈ ਨੀ। ਇਹ ਤਾਂ ਉਹ ਗੱਲ ਹੀ ਆ ਬਾਈ, ਕੀ ਬੰਦਾ ਰੇਂਜ ਰੋਵਰ 'ਚ ਬੈਠਾ ਹੁੰਦਾ ਤੇ ਦੇਖਦਾ ਇਹਦੀ ਹੱਲ ਹੈ। ਉਹ ਆਪਣੀ ਹੋਈ ਆ। ਓਕੇ। ਉਹ ਰੀਲ ਵੀ ਆਪਣੀ ਆ। ਓਕੇ। ਉਹ ਮੈਂ ਕਿਸੇ ਬਾਈ ਦੀ ਨਾ ਵੀਡੀਓ ਕਰਨ ਗਿਆ ਸੀਗਾ ਲਾਂਡਰਾ। ਓਕੇ। ਆਡੀ ਸੀਗੀ ਉਹਦੇ ਕੋਲ, ਮੇਬੀ A4 ਸੀਗੀ। ਓਕੇ ਓਕੇ। ਤੇ ਉਹ ਬਾਈ ਸੀਗਾ ਆਪਣਾ, ਉਹਨੇ ਗੱਲ ਕਰੀ ਕਹਿੰਦਾ ਬਾਈ ਬੰਦਾ ਰੇਂਜ ਰੋਵਰ 'ਚ ਬੈਠਾ ਵਾ ਤਾਂ ਇਹਦੇ ਵੱਲ ਦੇਖਦਾ, ਉਹ ਆਪਣੀ ਹੋਈ ਆ ਵੀਰੇ ਉਹ ਵੀ। ਤੇ ਜਿਹੜੀ ਹੁਣ ਮੈਂ ਇੱਕ ਹੋਰ ਗੱਲ ਦੱਸ ਦਿੰਦਾ, ਜਿਹੜੀ ਆਪਾਂ ਆਹ ਵੀਡੀਓ ਕਰਕੇ ਹਟੇ ਆ, ਹਾਂਜੀ, ਰੀਲਾਂ ਇਹ 'ਚ ਵੀ ਉਦਾਂ ਦੀਆਂ ਬਹੁਤ ਨਿਕਲੇ ਹੋਣਗੀਆਂ। ਨਹੀਂ ਕੋਈ ਚੱਕਰ ਨਹੀਂ ਭਰਾ। ਮੈਂ ਤੇ ਅੱਗੇ ਕਹਿ ਹਟਿਆ ਕਿ ਮੈਂ ਤੇ ਚਾਹੁੰਦਾ ਮੇਰਾ ਹੀਰੋ ਭਰਾ ਬਸ ਇੱਕ ਤਗੜਾ ਹੀਰੋ ਬਣ ਜੇ। ਹਾਂ ਭਰਾ, ਚਲੋ ਭਰਾਵਾਂ ਸਿਰ ਤੇ ਆ। ਆਹ ਦੇਖੋ ਹੁਣ ਆਪਾਂ 4 ਬੈਠੇ ਇਹਨਾਂ ਦੇ ਟਾਇਰ ਲੱਗਦੇ ਉੱਪਰ ਲੱਗਦੇ ਆ। ਜੀ ਜਾਂ ਨਹੀਂ ਕਰਦਾ ਚੇਂਜ ਕਰ ਲਈਏ ਕਿਤੇ ਟਾਇਰ ਸਾਈਜ਼ ਛੋਟਾ ਕਰ ਲਈਏ ਜਾਂ ਹੋਰ ਕੁਝ? ਹੈ ਨਹੀਂ ਨਹੀਂ ਬਾਜੀ, ਇਹ ਤਾਂ ਜਿਵੇਂ ਆਹ ਟੋਇਆ ਟੱਪਾ ਫਿਰ ਵੀ ਘੱਟ ਮਲੂਮ ਕਰਦੀ ਹੈ ਗੱਡੀ ਉਸ ਹਿਸਾਬ ਨਾਲ। ਹੁਣ ਜਿੱਦਾਂ ਆਪਾਂ 4 ਬੈਠੇ ਹਾਂ
ਐਵੇਂ ਕਰਦੀ ਥੋੜਾ ਜਿਹਾ ਓਦਾਂ ਜਿੱਦਾਂ ਦੋ ਕੁ ਬੰਦੇ ਜਾਂ ਮੈਂ ਇਕੱਲਾ ਚਲਾਉਂਦਾ ਵਾਂ ਫਿਰ ਨੀ ਇੰਨਾ ਮਹਿਸੂਸ ਕਰਾਉਂਦੀ ਬਾਈ। ਆਹੋ ਦੇਖੋ ਜਵਾਕ ਦੇਖਦੇ ਨੇ, ਆਹ ਦੇਖੋ ਉੱਧਰ ਐ ਆ, ਆਹ ਤਾਂ ਦੇਖ ਮੋਹਰੇ ਆਦੀ ਨੇ, ਪਰ ਲੋਕ ਦੇਖਦੇ ਨੇ ਗੱਡੀ ਨੂੰ ਕਿ ਕੁਛ ਤੁਰਿਆ ਆਉਂਦਾ ਰੋਡ ਤੇ, ਮੁੱਲ ਮੁੜ ਗਿਆ ਮੁੱਲ ਬਾਈ ਮੁੜ ਗਿਆ। ਹੁਣ ਐ ਆ ਜੱਟਾ ਗੱਡੀ, ਹੋ ਸਕਦਾ ਗਾਣੇ ਗੁਣੇ ਵਾਲੇ ਵਿੱਚ ਵੀ ਆਵੇ ਕਿ ਆ ਗਈ ਵੀਰੇ ਗਾਣਿਆਂ ਚ ਮੈਨ ਆਉਂਦੀ, ਮੈਨੂੰ ਦੋ ਤਿੰਨ ਫੋਨ ਆਏ ਆ ਪਰ ਮੇਰੇ ਕੋਲ ਟਾਈਮ ਨੀ ਸੀ, ਇੱਕ ਦੋ ਵਾਰੀ ਤਾਂ, ਇੱਕ ਵਾਰੀ ਦੂਰ ਬਹੁਤ ਸੀ। ਅੱਛਾ ਫਿਰ ਯਾਰ ਜਾਣਾ ਆਉਣਾ ਨਾ ਤਾਂ ਚਲੋ ਆਪਾਂ ਕਿਸੇ ਨੂੰ ਕਰਦੇ ਨਹੀਂ ਗੇ, ਚਲੋ ਆਪਾਂ ਤੇ ਕਹਿੰਦੇ ਕਿ ਭਰਾ ਕਿਸੇ ਕਿ ਸਾਡੀ ਇੰਨੀ ਹੈਸੀਅਤ ਹੋਈ ਕਿ ਕਿਸੇ ਦੀ ਚੀਜ਼ ਕਿਸੇ ਦਾ ਕੁਛ ਸਾਨੂੰ ਕਿਸੇ ਨੇ ਪੁੱਛਿਆ ਕਿ ਇਸਦਾ ਸ਼ੁਗਰ ਕਰਦੇ ਆ। ਲੈ ਭਾਈ ਬਾਕੀ ਇਹ ਕੋਈ ਮੋਡ ਆਫ ਬਿਜ਼ਨਸ ਨਹੀਂ, ਇਹ ਤਾਂ ਸ਼ੌਂਕ ਹੀ ਆ, ਸ਼ੌਂਕ ਆ। ਵੈਸੇ ਵੀਰੇ ਉਦਾਂ ਹਾਂਜੀ ਆਪਣਾ ਤਾਂ ਸੁਭਾਅ ਮੰਨ ਲਾ ਐਵੇਂ ਦਾ ਆ, ਜਦੋਂ ਬੰਦੇ ਕਿਸੇ ਕੋਲ ਨਵੀਂ ਨਵੀਆਂ ਕੋਈ ਗੱਡੀਆਂ ਆਉਂਦੀਆਂ ਲਗਜ਼ਰੀ ਜਾਂ ਗੱਡੀ ਹੋਈ ਆਉਂਦੀ ਆ, ਬੰਦਾ ਬਦਲਦਾ ਵੀਰੇ? ਮੇਰੇ ਹਿਸਾਬ ਨਾਲ ਤਾਂ ਭਰਾ ਹੁਣ ਮੰਨ ਲਾ ਮੈਂ ਕੁਛ ਨਹੀਂ ਸੀ ਫਿਰ ਪਹਿਲਾਂ ਬਈ ਮੋਟਰਸਾਈਕਲਾਂ 'ਤੇ ਵੀ ਰਹੇ ਹਾਂ ਅਤੇ ਜਿਹੜੇ ਮੋਟਰਸਾਈਕਲਾਂ 'ਤੇ ਸੀ ਉਹ ਅੱਜ ਵੀ ਹੈਗੇ ਆ, ਮੇਰੇ ਤਾਂ ਬਈ ਯਾਰ ਹੈਗੇ ਆ ਇੱਦਾਂ ਦੇ ਆਪਣੇ ਕੋਈ ਉਹ ਉੱਦਾਂ ਦਾ ਨਾ ਹੀ ਆਪਾਂ ਬਦਲੇ ਹਾਂ ਅਤੇ ਹੁਣ ਕਈ ਆਪਣੇ ਭਰਾ ਨੇ ਜਿਨ੍ਹਾਂ ਕੋਲ I20 ਸੀ ਅਤੇ ਅੱਜ LC ਨੇ, ਆਪਣੇ ਲਈ ਤਾਂ ਉਹ ਵੀ ਨਹੀਂ ਬਦਲੇ ਭਰਾ, ਆਪਾਂ ਨੂੰ ਤਾਂ ਉੱਦਾਂ ਹੀ ਫੋਨ ਲਾਉਂਦੇ ਆ, ਉੱਦਾਂ ਹੀ ਮਜ਼ਾਕ ਕਰਦੇ ਆ, ਸਾਡੇ 'ਚ ਉੱਦਾਂ ਹੀ ਸਾਰਾ ਕੁਛ ਚੱਲਦਾ ਭਰਾ, ਉਹੀ ਸਾਡੇ ਪਰਿਵਾਰ ਨੇ, ਕੋਈ ਇੱਦਾਂ ਦਾ ਹੈ ਨਹੀਂ ਗਾ। ਹੁਣ ਕਈ ਮੇਰੇ ਅਸੀਂ ਇਕੱਠੇ ਖੇਡਦੇ ਨੇ, ਕਈ ਭਰਾ ਹੁਣ ਬਾਹਰ ਚੱਲ ਗਏ ਵਧੀਆ ਕੰਮ ਨੇ, ਆਪਾਂ ਤਾਂ ਮੈਂ ਤਾਂ ਵੀਰੇ ਮੇਰੀ ਕੋਸ਼ਿਸ਼ ਤਾਂ ਇਹੀ ਆ ਕਿ ਇੱਕੋ ਹੀ ਰਹੀਏ ਅਸੀਂ, ਮਤਲਬ ਕਿ ਜੋ ਹੈਗੇ ਆ ਇੱਦਾਂ ਹੀ ਰਹੀਏ। ਬਾਕੀ ਤੁਹਾਨੂੰ ਪਤਾ ਕਈ ਵਾਰੀ ਬੰਦਾ ਹਰੇਕ ਦਾ, ਤੇ ਹੁਣ ਤੁਹਾਨੂੰ ਪਤਾ ਹੀ ਆ ਭਰਾ ਕਿਸੇ ਦਾ ਦਿਲ ਕਿੱਦਾਂ ਦਾ ਕਿਸੇ ਦਾ ਕਿੱਦਾਂ, ਪਰ ਮੇਰੇ ਸਰਕਲ ਚ ਭਰਾ ਬਹੁਤ, ਬਾਬੇ ਦੀ ਮਿਹਰ ਆਪਣੇ ਜਿੰਨੇ ਭਰਾ ਨੇ ਚੰਡੀਗੜ੍ਹ ਦਾ ਸਰਕਲ, ਲੁਧਿਆਣੇ ਦਾ ਤੇ ਫਿਰੋਜ਼ਪੁਰ ਦਾ, ਆਪਣੇ ਮਿਹਰ ਹੀ ਆ, ਮਤਲਬ ਕਿ ਜੇ ਕਿਸੇ ਨੂੰ ਫੋਨ ਕਰਤਾ ਕਿਸੇ ਵੱਲੋਂ ਨਾ ਨੀ ਗੀ, ਮਤਲਬ ਕਿ ਹਾਂ ਹੀ ਹੈ, ਆਪਾਂ ਸਾਰੇ ਸਪੋਰਟ ਵਾਲੇ ਭਰਾ ਹੀ ਨੇ। ਹੁਣ ਇੱਕ ਆਪਣਾ ਭਰਾ ਸੀ ਮੁੰਡਾ ਬੱਚੀ, ਉਹ ਹੁਣ ਕੈਨੇਡਾ ਬੈਠਾ, ਮੇਰਾ ਇੱਕ ਆਪਣਾ ਭਰਾ ਦਵਿੰਦਰ ਆ ਭੁੱਲਰ, ਇਹ ਦੋ ਬੰਦਿਆਂ ਮੈਨੂੰ ਸ਼ੁਰੂ ਤੋਂ ਬਹੁਤ ਸਪੋਰਟ ਕੀਤੀ ਕਿ ਤੂੰ ਪਾਇਆ ਕਰ ਵੀਡੀਓ, ਆਪਣੇ ਕੋਲ ਸਾਰਾ ਤਾਮਾ ਜਾਮਾ ਹੈ, ਤੇ ਬਸ ਫਿਰ ਪਾਈਆਂ ਚੱਲੀਆਂ, ਬਾਬੇ ਦੀ ਮਿਹਰ ਹੋਈ। ਲੈ ਇੱਕ ਚੱਕਾ ਹੋਰ ਖੁੱਲ ਗਿਆ ਜੱਟਾ, ਹੁਣ ਇੰਟਰਵਿਊ ਵੀ ਵਾਲਾ ਕੰਮ ਵੀ ਆਪਣਾ ਲੋਟ ਆ ਜੂ, ਡਰ ਧੰਨਵਾਦ ਤੁਸੀਂ ਭਰਾ, ਮੈਨੂੰ ਕਿਸੇ ਯੋਗ ਸਮਝਿਆ, ਸਾਡੀ ਔਕਾਤ ਤੇ ਨਹੀਂ ਹੈਗੀ ਕਿ ਅਸੀਂ ਇੰਟਰਵਿਊ ਦੇਈਏ, ਬਾਕੀ ਬਾਬਾ ਮੇਰੇ ਕੋਲ ਤੁਸੀਂ ਹੈਗੇ ਆ ਤਾਂ ਅਸੀਂ ਹੈਗੇ ਆ, ਬਸ ਭਰਾ ਮੈਂ ਤੇ ਚਾਹੁੰਦਾ ਮੇਰਾ ਭਰਾ ਬਹੁਤ ਉੱਪਰ ਜਾਏ ਤੇ ਅਸੀਂ ਵੀ ਦੱਸੀਏ ਕਿ ਹੀਰੋ ਸਾਡਾ ਭਰਾ ਏ, ਬਸ ਇੰਨਾ ਕੁ ਹੋਵੇ ਕਿ ਕੋਈ ਗੱਲਾਂ ਕਰੇ ਤਾਂ ਅਸੀਂ ਕਹੀਏ ਸਾਡਾ ਭਰਾ ਏ। ਠੀਕ ਆ ਭਰਾ ਮੇਰਾ, ਓਕੇ ਵੀਰੇ, ਓਕੇ।